आप ले हो तुम कथा सुधारी। सतनाम वाहिगुरु साहिब जी। चाओ पई अगे सुनो अब माली प्यारे। जिस बिद देहोरे पंथ बनवारे। जब मद पंथ किले थो वड़ेओ। निज निज डेरन बहु कड़ाह करियो। वाहिगुरु जी का खालसा वाहिगुरु जी की फतेह। गुरु साहिब जी दी साजी नवाजी। गुरु खालसा साध संगत आप जी अत्यंत वडभागे हो जिन्हां नूं सतगुरां दी पवित्र पावन हजूरी दे विच संध्या दे दीवान हाजरियां भरन दा सुभाग प्राप्त होया। रहरा साहिब जी दे पाठ आरती आरती दे कीर्तन सरवण कीते हन और हर रोज़ शाम नूं श्री गुरु पंथ प्रकाश ग्रंथ की कथा संगतां सरवण कर रही ने। जिस वेले जैन खां नूं मार के खालसे ने सरहंद ते कब्जा किया साहिबजादियां की शहीदी याद आ गई। जो दसवें पातशाह ने कहा सी सरहंद उजड़ जाएगा, इस शहर खत्म हो जाएगा, इहदी इट नाल इट खालसा खड़का देवेगा, उस बचन नूं सिंघां ने पूरा कर विखाया। सरहंद दा किला भी ढा दिता और सारे शहर ते खोतियां दा हल फेर दिता। उस तों बाद इस जगह ते गुरद्वारा फतेहगढ़ साहिब किस तरह बनाया, ਇਹ ਕਥਾ ਭਾਈ ਰਤਨ ਸਿੰਘ ਜੀ ਪੰਗੂ ਅੱਜ ਦੇ ਪ੍ਰਕਰਨ ਵਿੱਚ ਲਿਖ ਰਹੇ ਨੇ। ਪਿਆਰ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਓ ਪਈ ਅੱਗੇ ਸੁਣੋ ਅਬ ਮਾਲੀ ਪਿਆਰੇ। ਹਾਂ, ਭਾਈ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਕਹਿੰਦੇ ਹਨ, ਹੇ ਕੈਪਟਨ ਮਰੀ ਹੁਣ ਤੋਂ ਸੁਣ। ਜਿਸ ਬਿਦ ਦੇਹੋਰੇ ਪੰਥ ਬਣਵਾਰੇ। ਜਿਸ ਤਰ੍ਹਾਂ ਖਾਲਸੇ ਪੰਥ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ, ਮਾਤਾ ਜੀ ਦੇ ਬੁਰਜ ਦੀ, ਬਿਬਾਨਗੜ੍ਹ ਸਾਹਿਬ ਦੀ ਅਤੇ ਗੁਰਦੁਆਰਾ ਜੋਤੀ ਸਰੂਪ ਦੀ ਸੇਵਾ ਕਰਾਈ ਹੈ। ਜਬ ਮੱਧ ਪੰਥ ਕਿਲੇ ਥੋ ਵੜਿਓ। ਜਦੋਂ ਖਾਲਸਾ ਪੰਥ ਸਰਹੰਦ ਦੇ ਕਿਲੇ ਦੇ ਵਿੱਚ ਵੜ ਗਿਆ। ਨਿਜ ਨਿਜ ਡੇਰਨ ਬਹੁ ਕੜਾਹ ਕਰਿਓ। ਆਪਣੀ ਆਪਣੀਆਂ ਛਾਉਣੀਆਂ ਵਿੱਚ ਸਿੰਘਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ। ਕਿਨੇ ਮਾਤਾ ਕੈ ਬੁਰਜ ਵਰਤਾਇਓ। ਕਿਸੇ ਨੇ ਕੜਾ ਪ੍ਰਸ਼ਾਦ ਦੀ ਦੇਗ ਮਾਤਾ ਜੀ ਦੇ ਬੁਰਜ ਵਿੱਚ ਜਾ ਕੇ ਵਰਤਾਈ ਹੈ। ਕੋਈ ਸ਼ਹੀਦਨ ਯਾਗਾ ਆਇਓ। ਕੋਈ ਸ਼ਹੀਦਗੰਜ ਸਾਹਿਬ ਵਿਖੇ ਦੇਗ ਵਰਤਾ ਰਹੇ ਹਨ। ਕੋਈ ਗਏ ਸਰ ਜੋਤੀ ਤਾਲ। ਕੋਈ ਜੋਤੀ ਸਰੂਪ ਜਿਹੜਾ ਗੁਰਦੁਆਰਾ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਉਦੋਂ ਤਾਂ ਉਹ ਯਾਦਗਾਰ ਹੀ ਸੀ, ਉੱਥੇ ਜਾ ਕੇ ਕੜਾ ਪ੍ਰਸ਼ਾਦ ਵਰਤਾਇਆ। ਜਹਾਂ ਗੱਡੇ ਥੇ ਸਤਿਗੁਰ ਲਾਲ। ਇੱਥੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਸਨ, ਉਸ ਜਗ੍ਹਾ ਉੱਤੇ ਵੀ ਸਿੰਘਾਂ ਨੇ ਗੁਰਦੁਆਰਾ ਕਾਇਮ ਕੀਤਾ। ਸਭ ਖਾਲਸਾ ਮਿਲ ਮਤੋ ਠਹਿਰਾਇਓ। ਸਾਰੇ ਖਾਲਸੇ ਨੇ ਗੁਰਮਤਾ ਕੀਤਾ, ਸਾਰੇ ਸਿੰਘ ਇਕੱਠੇ ਹੋਏ, ਸਾਰੇ ਜਥੇਦਾਰ ਇਕੱਠੇ ਹੋਏ। ਚਹੀਅਤ ਇੱਕ ਹੀ ਦੇਹਰੋ ਬਣਵਾਇਓ। ਸਾਰੇ ਸਿੰਘਾਂ ਨੇ ਵਿਚਾਰ ਕੀਤੀ ਵੀ ਇੱਕ ਗੁਰਦੁਆਰਾ ਇੱਥੇ ਬੜਾ ਸੁੰਦਰ ਦੇਹਰਾ ਬਣਨਾ ਚਾਹੀਦਾ ਹੈ। ਜਿਸ ਜਾਗਾ ਗੁਰ ਸੁੱਤ ਹੈ ਘਾਏ। ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਹਨ ਉਹ ਮੇਨ ਦਰਬਾਰ ਬਣਾਓ, ਬਾਕੀ ਨਿਸ਼ਾਨੀਆਂ ਵੀ ਜਿਹੜੀਆਂ ਨੇ ਉੱਥੇ ਸਹਿਜੇ ਸਹਿਜੇ ਗੁਰੂ ਘਰ ਬਣ ਜਾਣਗੇ। ਪਹਿਲਾਂ ਜਿਹੜਾ ਮੇਨ ਦਰਬਾਰ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਜਗ੍ਹਾ ਹੈ, ਉਸ ਨੂੰ ਗੁਰਦੁਆਰੇ ਨੂੰ ਤਿਆਰ ਕਰੀਏ। ਜਿਸੈ ਠੌਰ ਉਨ ਗਲੇ ਕਟਾਏ। ਜਿੱਥੇ ਨੀਹਾਂ ਵਿੱਚ ਚਿਣ ਕੇ ਬਾਅਦ ਵਿੱਚ ਸੀਸ ਉਤਾਰ ਦਿੱਤੇ ਸਨ, ਉਹ ਜਗ੍ਹਾ ਜਿਹੜੀ ਹੈ ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸੇ ਨੇ ਉਸ ਜਗ੍ਹਾ ਨੂੰ ਪੱਕਿਆਂ ਕਰਨ ਦਾ ਇਰਾਦਾ ਕੀਤਾ ਹੈ। ਜਿਸੈ ਠੌਰ ਉਨ ਵੀਟਿਓ ਰਕਤ। ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਵੀਟਿਆ ਸੀ, ਭਾਵ ਉਹਨਾਂ ਨੂੰ ਬੜੇ ਤਸੀਹੇ ਦੇ ਕੇ ਜ਼ਾਲਮ ਵਜ਼ੀਰ ਖਾਂ ਨੇ ਸ਼ਹੀਦ ਕੀਤਾ ਸੀ, ਉਸੇ ਠੌਰ ਉਨ ਹੋਵਗ ਸ਼ਕਤ। ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਵਾਲੀ ਜਗ੍ਹਾ ਹੈ
ਉੱਥੇ ਸ਼ਕਤੀ ਪ੍ਰਤੱਖ ਹੋਵੇਗੀ ਕਿਉਂ ਸ਼ਹੀਦੀ ਪਹਿਰਾ ਉੱਥੇ ਵਰਤਿਆ ਹੈ ਅਤੇ ਸ਼ਹੀਦੀ ਫੌਜਾਂ ਉੱਥੇ ਪਹਿਰਾ ਦਿੰਦੀਆਂ ਹਨ। ਬ੍ਰਿਧ ਪੁਰਸ਼ ਉਹਾਂ ਪੁੱਛ ਬੁਲਾਏ, ਜਿਹੜੇ ਸਿਆਣੇ ਬਜ਼ੁਰਗ ਸਨ ਸਰਹੰਦ ਦੇ ਵਿੱਚ ਰਹਿਣ ਵਾਲੇ ਬੁੱਢੇ ਜਿਨ੍ਹਾਂ ਦੀ ਉਮਰ 70-70-80-80 ਸਾਲ ਦੀ ਸੀ, ਉਹਨਾਂ ਨੂੰ ਬੁਲਾਇਆ ਹੈ। ਅਸਥਾਨ ਪਤੇ ਉਨ ਸਭੈ ਬਤਾਏ, ਉਹਨਾਂ ਨੇ ਦੱਸਿਆ ਵੀ ਆਹ ਜਗ੍ਹਾ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ, ਇਹ ਨਿਸ਼ਾਨੀ ਹੈ ਸਾਹਿਬਜ਼ਾਦਿਆਂ ਦੀ। ਦੋਹਰਾ ਔਰ ਜੋ ਪਿੱਛੇ ਜਿਮ ਭਈ ਤਿਮ ਉਨ ਦਈ ਸੁਣਾਏ, ਉਹਨਾਂ ਬਜ਼ੁਰਗਾਂ ਨੇ ਜਿਹੜੇ ਕਿ ਉਸ ਵੇਲੇ ਛੋਟੀ ਉਮਰ ਦੇ ਹੋਣਗੇ ਜਦੋਂ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ, ਹੁਣ 80-80-90-90 ਸਾਲ ਦੇ ਬਜ਼ੁਰਗ ਹੋ ਗਏ ਨੇ, ਉਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਵਰਤਣ ਤੋਂ ਬਾਅਦ ਕੌਤਕ ਹੋਇਆ ਸੀ, ਉਹ ਉਹਨਾਂ ਬਜ਼ੁਰਗਾਂ ਨੇ ਦੱਸਿਆ ਹੈ। ਜਿਮ ਤੁਰਕਨ ਕਉ ਗ੍ਰਸਟ ਨਿਜ ਦੀਪਕ ਲਇਓ ਬਲਵਾਏ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸ਼ਹੀਦੀ ਫੌਜਾਂ ਨੇ ਤੁਰਕਾਂ ਨੂੰ ਕਾਬੂ ਕੀਤਾ, ਸ਼ਹੀਦੀ ਪਹਿਰੇ ਲਾ ਕੇ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੇ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣੀ ਯਾਦਗਾਰ ਆਪ ਹੀ ਕਾਇਮ ਕਰਵਾ ਲਈ। ਤੁਰਕਾਂ ਨੂੰ ਸ਼ਹੀਦੀ ਫੌਜਾਂ ਦੇ ਪਹਿਰੇ ਲੱਗ ਗਏ, ਸ਼ਹੀਦਾਂ ਨੇ ਧੌਣ ਤੋਂ ਫੜ ਕੇ ਗੋਡਾ ਧੌਣ 'ਤੇ ਧਰ ਕੇ ਤੁਰਕਾਂ ਕੋਲੋਂ ਸ਼ਹੀਦੀ ਜਗ੍ਹਾ 'ਤੇ ਜੋਤ ਜਗਵਾਈ ਸੀ। ਉਹ ਕਥਾ ਪੁਰਾਣੇ ਬਜ਼ੁਰਗਾਂ ਨੇ ਖਾਲਸੇ ਪੰਥ ਨੂੰ ਸੁਣਾਈ ਹੈ। ਜਾਓ ਪਈ ਜਿਸੈ ਭਾਂਤ ਉਨ ਬ੍ਰਿਧਨ ਬਤਾਈ, ਉਹਨਾਂ ਬਜ਼ੁਰਗਾਂ ਨੇ ਬੁੱਢਿਆਂ ਨੇ ਇਸ ਸ਼ਹੀਦੀ ਅਸਥਾਨ ਦੀ ਤਾਕਤ ਬਾਰੇ, ਇਸ ਅਸਥਾਨ ਦੀ ਅਜ਼ਮਤ ਬਾਰੇ ਦੱਸਿਆ ਹੈ। ਉਸੀ ਭਾਂਤ ਮੈਂ ਲਿਖਿਓ ਬਣਾਈ, ਜਿਵੇਂ ਉਹਨਾਂ ਨੇ ਦੱਸਿਆ ਸੀ, ਸਾਡੇ ਪਿਤਾ ਜੀ ਨੇ ਸੁਣਿਆ ਸੀ ਅਤੇ ਪਿਤਾ ਜੀ ਤੋਂ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਪੰਥ ਪ੍ਰਕਾਸ਼ ਵਿੱਚ ਲਿਖ ਰਿਹਾ ਹਾਂ, ਇਹ ਸੱਚੀ ਹਕੀਕਤ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਦਾ ਮੁੱਢਲਾ ਇਤਿਹਾਸ, ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸ਼ਹੀਦੀ ਫੌਜਾਂ ਨੇ, ਗੁਪਤ ਗੈਬੀ ਫੌਜਾਂ ਨੇ ਉਸ ਅਸਥਾਨ ਦੀ ਮਰਿਆਦਾ ਕਾਇਮ ਰੱਖੀ ਸੀ। ਜਬੈ ਵਜ਼ੀਰੈ ਬਾਲ ਮਰਵਾਇਓ, ਜਦੋਂ ਵਜ਼ੀਰ ਖਾਨ ਨੇ ਸੂਬੇ ਸਰਹੰਦ ਨੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਵਾ ਦਿੱਤਾ, ਉਸੈ ਬਾਲਣ ਸੋ ਪਕੜੋ ਆਇਓ, ਉਹਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸ਼ਹੀਦੀ ਪਹਿਰੇ ਨੇ ਪਕੜ ਲਿਆ। ਸ਼ਹੀਦੀ ਫੌਜਾਂ ਆ ਗਈਆਂ, ਗੁਪਤ ਫੌਜਾਂ ਜਿਹੜੀਆਂ ਦਿਸਦੀਆਂ ਨਹੀਂ ਹੁੰਦੀਆਂ ਸਾਧ ਸੰਗਤ ਜੀ, ਪਰ ਪਹਿਰਾ ਬੜਾ ਤਗੜਾ ਲਾਉਂਦੀਆਂ ਹਨ। ਸ਼ਹੀਦੀ ਫੌਜਾਂ ਦਾ ਪਹਿਰਾ ਲੱਗ ਗਿਆ ਅਤੇ ਤੁਰਕਾਂ ਨੂੰ ਬਹੁਤ ਪਰੇਸ਼ਾਨੀ ਹੋਈ। ਕਦੈ ਸੂਲ ਕਦ ਕਹੈ ਅਫਾਰਾ, ਸੂਬੇ ਵਜ਼ੀਰ ਖਾਨ ਨੂੰ ਤਕਲੀਫਾਂ ਹੋਣੀਆਂ ਸ਼ੁਰੂ ਹੋ ਗਈਆਂ, ਬਿਮਾਰੀਆਂ ਲੱਗ ਗਈਆਂ। ਕਦੀ ਕਹਿੰਦਾ ਮੇਰੇ ਪੇਟ 'ਚ ਸੂਲ ਉੱਠਦਾ ਹੈ, ਕਦੀ ਕਹਿੰਦਾ ਅਫਾਰਾ ਹੋਇਆ ਹੈ। ਸਮਝ ਹੀ ਨਹੀਂ ਆਉਂਦੀ ਵੈਦਾਂ ਹਕੀਮਾਂ ਨੂੰ ਵੀ, ਉਹ ਦਵਾਈਆਂ ਵੱਖਰੀਆਂ ਵੱਖਰੀਆਂ ਬਦਲ ਬਦਲ ਕੇ ਦਿੰਦੇ ਰਹੇ, ਪਰ ਕਿਸੇ ਦਵਾਈ ਨਾਲ ਵਜ਼ੀਰ ਖਾਨ ਨੂੰ ਚੈਨ ਨਹੀਂ ਆਇਆ। ਭੇਤ ਨਾ ਦੇਵੈ ਵਹੁ ਮਨ ਸਾਰਾ, ਅਤੇ ਵਜ਼ੀਰ ਖਾਨ ਮੰਜੇ 'ਤੇ ਪਿਆ ਰਹਿੰਦਾ, ਕਦੀ ਕਹਿੰਦਾ ਮੈਨੂੰ ਦਰਦ ਹੁੰਦੀ ਹੈ, ਕਦੀ ਕਹਿੰਦਾ ਸੂਲ ਉੱਠਦਾ, ਕਦੀ ਕਹਿੰਦਾ ਅਫਾਰਾ ਉੱਠਦਾ। ਸ਼ਰਮ ਦਾ ਮਾਰਾ ਅਸਲੀਅਤ ਦੱਸਦਾ ਵੀ ਨਹੀਂ। ਉਹਨੂੰ ਅਸਲ 'ਚ ਸ਼ਹੀਦਾਂ ਦੇ ਦਰਸ਼ਨ ਹੁੰਦੇ ਸਨ, ਸਲੋਤਰ ਪੈਂਦੇ, ਡੰਡੇ ਪੈਂਦੇ ਸ਼ਹੀਦੀ ਫੌਜ ਦੇ, ਅਤੇ ਉਹ ਦੱਸਦਾ ਨਹੀਂ ਸ਼ਰਮ ਦਾ ਮਾਰਾ। ਹਾਂਜੀ, ਜਾਗਤ ਡਰੈ ਔ ਸੂਤੋ ਬਰੜਾਵੈ, ਜਾਗਦਾ ਵੀ ਡਰਦਾ, ਜਦੋਂ ਜਾਗਦਾ ਹੁੰਦਾ ਉਦੋਂ ਵੀ ਡਰ ਜਾਂਦਾ, ਅਤੇ ਸੁੱਤਾ ਪਿਆ ਤਾਂ ਬਹੁਤ ਡਰਦਾ, ਬਰੜਾਉਂਦਾ ਹੈ, ਸ਼ਹੀਦ ਆ ਗਏ, ਸ਼ਹੀਦ ਆ ਗਏ, ਇੱਦਾਂ ਬਰੜਾ ਬਰੜਾ ਕੇ ਉੱਠਦਾ ਹੈ। ਹਾਂਜੀ, ਹਾਏ ਹਾਏ ਕਰ ਉੱਠ ਭੱਜ ਜਾਵੇ, ਹਾਏ 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 ਕਰਕੇ ਉੱਠਦਾ, ਬਰੜਾਉਂਦਾ, ਉੱਠ ਸੁੱਤਾ ਸੁੱਤ ਪਿਆ ਉੱਠ ਕੇ ਦੌੜ ਪੈਂਦਾ, ਕੰਧਾਂ 'ਚ ਵੱਜਦਾ ਹੈ, ਝੱਲਾ ਹੋਇਆ ਫਿਰਦਾ ਵਜ਼ੀਰ ਖਾਨ। ਕਹੈ ਬਾਣੋ ਕੋਈ ਨੀਲੋ ਧਾਰੀ, ਲੋਕਾਂ ਨੂੰ ਜਦੋਂ ਕੋਈ ਨੇੜੇ ਦੇ ਬੰਦੇ ਪੁੱਛਦੇ ਹਨ, ਮੌਲਵੀ ਪੁੱਛਦੇ ਹਨ ਵੀ ਤੈਨੂੰ ਕੀ ਹੋਇਆ, ਕਹਿੰਦਾ ਕੋਈ ਨੀਲੇ ਬਾਣੇ ਵਾਲੇ ਹਨ, ਮਾਰੈ ਸੋਟੇ ਮੋਹੇ ਰਾਤ ਸਾਰੀ, ਸਾਰੀ ਸਾਰੀ ਰਾਤ ਮੈਨੂੰ ਸੋਟੇ ਮਾਰਦੇ, ਨੀਲੇ ਬਾਣੇ ਵਾਲੇ ਸਿੰਘ ਆ ਕੇ
ਸੌਣ ਨਹੀਂ ਦਿੰਦੇ, ਹੁੱਜਾ ਮਾਰ ਕੇ ਉਠਾ ਲੈਂਦੇ ਨੇ। ਦੋ ਬਾਲਕ ਜੋ ਅਬ ਹਮ ਮਾਰੇ, ਫਿਰ ਸੱਚ ਬੋਲਦਾ ਕਹਿੰਦਾ ਜਿਹੜੇ ਉਹ ਦੋ ਬੱਚੇ ਮੈਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਨੇ। ਗਿਰਦ ਫਿਰੈ ਫੜ ਕਰਦ ਕਟਾਰੇ, ਉਹ ਨਿੱਕੇ ਨਿੱਕੇ ਦੋਵੇਂ ਸਾਹਿਬਜ਼ਾਦੇ ਹੱਥ ਵਿੱਚ ਕਟਾਰਾਂ ਫੜੀਆਂ ਮੈਨੂੰ ਘੂਰਦੇ ਨੇ, ਮੈਨੂੰ ਮਾਰਨ ਆਉਂਦੇ ਨੇ, ਮੇਰੇ ਆਲੇ ਦੁਆਲੇ, ਮੇਰੇ ਪਲੰਘ ਦੇ ਆਲੇ ਦੁਆਲੇ ਫਿਰਦੇ ਨੇ। ਉਹਨਾਂ ਦੇ ਨਾਲ ਨੀਲੇ ਬਾਣੇ ਵਾਲੀਆਂ ਵੱਡੀਆਂ ਵੱਡੀਆਂ ਦੁਮਾਲਿਆਂ ਵਾਲੀਆਂ ਫੌਜਾਂ ਉਹ ਮੈਨੂੰ ਆ ਕੇ ਠੋਕਰਾਂ ਮਾਰਦੀਆਂ ਨੇ, ਸੋਟੇ ਮਾਰਦੀਆਂ ਨੇ। ਸਦ ਮੁਲਾ ਨੇ ਭੇਦ ਕਹਿ ਦਿਓ, ਜਦ ਪਹਿਲਾਂ ਤਾਂ ਕਈ ਦਿਨ ਬੋਲਿਆ ਨਾ ਵਜ਼ੀਰ ਖਾਂ ਸ਼ਰਮ ਦਾ ਮਾਰਾ, ਪਰ ਜਦੋਂ ਤੰਗ ਆ ਗਿਆ ਸ਼ਹੀਦੀ ਫੌਜ ਨੇ ਜ਼ਿਆਦਾ ਹੀ ਟੈਟ ਕਰ ਦਿੱਤਾ, ਫਿਰ ਮੁਲਾਣਿਆਂ ਨੂੰ ਸੱਦਿਆ, ਮੁਲਾਣਿਆਂ ਨੂੰ ਦੱਸਿਆ ਵੀ ਮੇਰੇ ਨਾਲ ਤਾਂ ਆਹ ਗੱਲ ਬੀਤ ਰਹੀ ਹੈ, ਜਿਸ ਦਿਨ ਦੇ ਮੈਂ ਗੁਰੂ ਦੇ ਪੁੱਤਰ ਮਾਰੇ ਨੇ ਉਸ ਦਿਨ ਦੇ ਨੀਲੇ ਬਾਣੇ ਵਾਲੇ ਸਿੰਘ ਮੈਨੂੰ ਸੌਣ ਨਹੀਂ ਦਿੰਦੇ। ਤਬੀਤ ਧਾਗੋ ਉਨ ਨੇ ਬਹੁ ਕਹਿਓ, ਮੁਲਾਣਿਆਂ ਨੇ ਬੜੀਆਂ ਕਲਮਾਂ ਪੜ੍ਹ ਕੇ ਤਬੀਤਾਂ ਧਾਗੇ ਉਹਦੇ ਗਲ ਵਿੱਚ ਵੀ ਧਾਗੇ ਪਾਏ, ਉਹਦੇ ਡੋਲਿਆਂ 'ਤੇ ਵੀ ਰੱਖਾਂ ਬੰਨੀਆਂ, ਉਹਦੇ ਆਲੇ ਮੰਜੇ ਦੁਆਲੇ ਆਲੇ ਦੁਆਲੇ ਵੀ ਬੜੀਆਂ ਉਹਨਾਂ ਨੇ ਕਲਾਮਾਂ ਪੜ੍ਹੀਆਂ ਵੀ ਇਹਦੇ ਨੇੜੇ ਸ਼ਹੀਦਾਂ ਦੀ ਫੌਜ ਨਾ ਆਵੇ। ਤਾਉ ਭੀ ਉਸ ਕੋ ਛੁੱਟੈ ਨਾ ਖਿਆਲ, ਪਰ ਸ਼ਹੀਦ ਸਿੰਘ ਕਿੱਥੇ ਛੱਡਦੇ ਹੈ, ਉਹਨਾਂ ਨੂੰ ਕੌਣ ਰੋਕ ਸਕਦਾ ਹੈ, ਸ਼ਹੀਦਾਂ ਦੀ ਫੌਜ ਫਿਰ ਆ ਕੇ ਉਸੇ ਤਰ੍ਹਾਂ ਹੀ ਸਲੋਤਰ ਫੇਰਦੀ ਹੈ। ਸਗਮੋ ਉਸ ਹੋਏ ਬੁਰੋ ਹਵਾਲ, ਜਿਸ ਦਿਨ ਦਾ ਉਹ ਕਲਮਾ ਪੜ੍ਹਾਉਣ ਲੱਗਾ ਉਸ ਦਿਨ ਦਾ ਹੋਰ ਜ਼ਿਆਦਾ ਪਹਿਰਾ ਲਾ ਦਿੱਤਾ, ਕਰੜਾ ਸ਼ਹੀਦਾਂ ਨੇ ਬੁਰਾ ਹਾਲ ਕਰ ਦਿੱਤਾ ਸੂਬੇ ਸਰਹੰਦ ਦਾ। ਦੋਹਰਾ ਜਿਮ ਜਿਮ ਤਾਗੇ ਉਨ ਬੰਦੇ, ਪੜ੍ਹਾਏ ਆਏ ਕਲਾਮ, ਜਿਉਂ ਜਿਉਂ ਕਲਾਮਾਂ ਪੜ੍ਹਾਉਂਦਾ ਸੀ ਧਾਗੇ ਤਵੀਤ ਕਰਦਾ ਸੀ ਤਿਉਂ ਤਿਉਂ ਉਹਦੀ ਕੁੱਟ ਕੁਟਾਈ ਜ਼ਿਆਦਾ ਹੋਣ ਲੱਗ ਪਈ। ਤਿਮ ਤਿਮ ਉਸ ਬਹੁ ਦੁੱਖ ਲੱਗਾ, ਪਾਏ ਨਾ ਕਛੂ ਆਰਾਮ, ਤਿਉਂ ਤਿਉਂ ਦੁਖੀ ਹੁੰਦਾ, ਚੀਕਾਂ ਮਾਰਦਾ, ਆਰਾਮ ਨਹੀਂ ਮਿਲਦਾ ਸੂਬੇ ਸਰਹੰਦ ਨੂੰ, ਕਹਿੰਦੇ ਸੁੱਤਾ ਪਿਆ ਉੱਠ ਕੇ ਆ ਗਏ ਸ਼ਹੀਦ, ਆ ਗਏ ਸ਼ਹੀਦ ਕਰਦਾ ਹੋਇਆ ਕੰਧਾਂ 'ਚ ਵੱਜਦਾ ਸੀ। ਚਾਉ ਪਈ ਔਰ ਤੁਰਕ ਕੋ ਉਤ ਵੱਲ ਜਾਵੇ, ਸੂਬਾ ਤਾਂ ਤੰਗ ਸੀ, ਹੋਰ ਵੀ ਕੋਈ ਤੁਰਕ ਜੁੱਤੀ ਪਾ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਵੱਲ ਜਾਂਦਾ ਸੀ। ਨਰੜ ਪਕੜ ਹੋਏ ਤੁਰਤ ਗਿਰ ਪਾਵੇ, ਉਹਨੂੰ ਵੀ ਸ਼ਹੀਦੀ ਪਹਿਰਾ ਲੱਗ ਜਾਂਦਾ ਸੀ, ਉਹਨੂੰ ਵੀ ਨਰੜ ਲੈਂਦੇ ਸਨ, ਉੱਥੇ ਹੀ ਸੁੱਟ ਲੈਂਦੇ ਸਨ ਤੇ ਉੱਥੇ ਹੀ ਸਲੋਤਰ ਫੇਰ ਦਿੰਦੇ ਸਨ। ਕਈ ਦੁਸ਼ਟ ਥੇ ਜਦ ਕਰਤ ਪਿਸ਼ਾਬ, ਕਈ ਦੁਸ਼ਟ ਇਹੋ ਜਿਹੇ ਸਨ ਜਿਹੜੇ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਲੈਣੇ ਦੇ ਦੇਣੇ ਪੈ ਜਾਂਦੇ ਸਨ, ਜੇ ਉੱਥੇ ਨੇੜੇ ਕੋਈ ਪਿਸ਼ਾਬ ਕਰ ਦੇਵੇ, ਕੋਈ ਥੁੱਕ ਵੀ ਦੇਵੇ, ਕੋਈ ਜੁੱਤੀ ਪਾ ਕੇ ਸ਼ਹੀਦੀ ਸਥਾਨ ਦੇ ਉੱਤੋਂ ਦੀ ਲੰਘਣ ਲੱਗੇ, ਫਿਰ ਤਾਂ ਸ਼ਹੀਦ ਸਿੰਘ ਉਹਦਾ ਬੁਰਾ ਹਾਲ ਕਰ ਦਿੰਦੇ ਸਨ। ਤੇ ਮਾਰੀਅਤ ਦੇ ਬਹੁਤ ਅਯਾਬ, ਬੜਾ ਅਯਾਬ ਦੇ ਕੇ ਸ਼ਹੀਦ ਉਹਨੂੰ ਮਾਰਦੇ ਸਨ, ਫਿਰ ਉਹਨੂੰ ਕਰੜਾ ਕਰਕੇ ਰਗੜ ਰਗੜ ਕੇ ਅੱਡੀਆਂ ਰਗੜ ਰਗੜ ਕੇ ਮਰਦਾ ਸੀ, ਜਿਹੜਾ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਅਸਥਾਨ ਫਤਿਹਗੜ੍ਹ ਸਾਹਿਬ ਦੀ ਕਿਸੇ ਤਰ੍ਹਾਂ ਵੀ ਕੋਈ ਬੇਅਦਬੀ ਕਰ ਦਿੰਦਾ ਸੀ। ਤਾਉ ਤੁਰਕਨ ਕੈ ਮਨ ਭੈ ਆਈ, ਤਾਂ ਸਾਧ ਸੰਗਤ ਜੀ ਤੁਰਕਾਂ ਦਾ ਮਨ ਬਹੁਤ ਡਰ ਗਿਆ, ਬਹੁਤ ਭੈ ਭੀਤ ਹੋ ਗਏ, ਕਿਉਂਕਿ ਇੱਕ ਬੰਦੇ ਨਾਲ ਨਹੀਂ ਦਰਜਨਾਂ ਬੰਦਿਆਂ ਨਾਲ ਇਹ ਘਟਨਾ ਵਾਪਰ ਗਈ। ਥੋੜੇ ਦਿਨਾਂ ਦੇ ਵਿੱਚ ਸਰਹੰਦ ਵਿੱਚ ਚੀਕ ਝਿਆੜਾ ਪੈ ਗਿਆ। ਪ੍ਰਗਟਨਾ ਭਾਖੈ ਗੋਪ ਰਖਾਈ, ਪਰ ਦੂਜਿਆਂ ਨੂੰ ਸ਼ਰਮ ਦੇ ਮਾਰੇ ਦੱਸਦੇ ਨਹੀਂ ਸਨ, ਕਿਉਂਕਿ ਕਰਤੂਤ ਮਾੜੀ ਕੀਤੀ ਸੀ, ਹੁਣ ਆਪਣੀ ਕਰਤੂਤ ਦੱਸਣਾ ਬੜਾ ਔਖਾ ਲੱਗਦਾ ਹੈ। ਆਪ ਸਮਦ ਮਿਲ ਬਾਤਾਂ ਕਰੈ, ਆਪਸ ਵਿੱਚ ਇਕੱਠੇ ਹੋ ਕੇ ਗੱਲਾਂ ਕਰਦੇ, ਦੂਜਿਆਂ ਨੂੰ ਹਿੰਦੂਆਂ ਨੂੰ ਜਾਂ ਸਿੱਖਾਂ ਨੂੰ ਪਤਾ ਨਾ ਲੱਗ ਜਾਵੇ, ਆਪਸ ਵਿੱਚ ਗੱਲਾਂ ਕਰਦੇ ਘੁਸਰ ਮੁਸਰ। ਇਤ ਵੱਲ ਨਾ ਜਾਇਓ ਯਹੋ ਆਖੈ ਔ ਡਰੈ, ਇਹ ਤਾਂ ਵੀ ਕਹਿੰਦੇ ਉੱਧਰ ਨਾ ਜਾਇਓ, ਕਹਿੰਦੇ ਉਹ ਪਾਸੇ ਉਹ ਜਿੱਧਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਜਗ੍ਹਾ ਹੈ ਨਾ, ਕਹਿੰਦੇ ਉੱਧਰ ਨਾ ਜਾਇਓ, ਉੱਧਰ ਬੜਾ ਔਖਾ ਕੰਮ ਹੁੰਦਾ, ਮੈਂ ਗਿਆ ਸੀ, ਕਹਿੰਦਾ ਮੈਂ ਬੜਾ ਤੰਗ ਹੈ, ਦੂਜਾ ਕਹਿੰਦਾ ਮੈਨੂੰ ਵੀ ਲੱਗਿਆ ਸੀ ਉੱਥੇ, ਮੈਂ ਲੰਘਿਆ ਸੀ, ਮੈਨੂੰ ਵੀ ਮਾਰ ਪਈ ਸੀ, ਇੱਦਾਂ ਇੱਕ ਦੂਜੀ ਨੂੰ ਦੱਸਦੇ ਔਲੇ ਔਲੇ, ਡਰਦੇ ਬੜੇ ਆ, ਉੱਧਰ ਜੁੱਤੀ ਪਾ ਕੇ ਲੰਘਣਾ ਤਾਂ ਕੀ, ਨੰਗੇ ਪੈਰੀ ਵੀ ਲੰਘਣ ਤੋਂ ਡਰਨ ਲੱਗ ਪਏ ਹਨ, ਉੱਧਰ ਜਾਂਦੇ ਹੀ ਨਹੀਂ ਹੁਣ। ਦਰੂਦ ਫਾਤੀਆ ਔ ਉਪਾਉ ਬਥੇਰੇ, ਬੜੇ ਫਾਤੀਏ ਪੜ੍ਹਦੇ ਨੇ, ਦਰੂਦ ਫਾਤੀਏ ਕਰਦੇ, ਹੋਰ ਧਾਗੇ ਤਵੀਤ ਕਲਮਾ ਪੜ੍ਹ ਕੇ ਗਲ ਵਿੱਚ ਪਾਉਂਦੇ ਨੇ। ਜਿਮ ਜਿਮ ਕਰੈ ਤਿਮ ਦੁਖੈ ਕਨੇਰੇ, ਜਿਵੇਂ ਜਿਵੇਂ ਉਹ ਇਲਾਜ ਕਰਦੇ ਨੇ ਤਿਉਂ ਤਿਉਂ ਦੁਖੀ ਹੁੰਦੇ ਨੇ, ਜਿੰਨਾ ਜ਼ਿਆਦਾ ਉਹ
ਕਲਾਮਾਂ ਪੜ੍ਹ ਕੇ ਸਾਹਿਬ ਸ਼ਹੀਦਾਂ ਦੀ ਫੌਜ ਨੂੰ ਰੋਕਣਾ ਚਾਹੁੰਦੇ ਨੇ, ਸ਼ਹੀਦ ਸਿੰਘ ਉਹਨਾਂ ਜ਼ਿਆਦਾ ਰਗੜਾ ਦਿੰਦੇ ਨੇ। ਤਾਉ ਥੱਕ ਥੱਕ ਕੇ ਬਾਤ ਉਚਾਰੀ, ਤਾਂ ਫਿਰ ਹਾਰ ਕੇ ਥੱਕ ਕੇ ਕਹਿੰਦੇ ਨੇ ਆਪਸ ਵਿੱਚ, ਨਿਬਾਬ ਨਾ ਮਿਲੇ ਸੌਣੇ ਰਾਤ ਸਾਰੀ। ਸਾਰੀ ਸਾਰੀ ਰਾਤ ਨਵਾਬ ਵਿਚਾਰਾ ਜਾਗਦਾ ਰਹਿੰਦਾ ਵਜ਼ੀਰ ਖਾਨ, ਤੇ ਸਾਰੀ ਸਾਰੀ ਰਾਤ ਉਹਦੀ ਅੱਖ ਨਹੀਂ ਲੱਗਣ ਦਿੰਦੇ ਸ਼ਹੀਦ। ਜਦੋਂ ਮਾੜੀ ਦੀ ਅੱਖ ਲੱਗਣ ਲੱਗਦੀ, ਆ ਕੇ ਹੁੱਜ ਮਾਰ ਕੇ ਉਠਾ ਦਿੰਦੇ ਨੇ, ਤੇ ਸਾਰੀ ਰਾਤ ਉਹਨੂੰ ਤੰਗ ਕਰਦੇ ਨੇ। ਬੜਾ ਤੰਗ ਆ ਗਿਆ ਵਜ਼ੀਰ ਖਾਨ। ਸਦ ਹਿੰਦੂ ਉਨ ਬਾਤ ਉਚਾਰੀ, ਪਹਿਲਾਂ ਤਾਂ ਮੁਲਾਣਿਆਂ ਨੂੰ ਪੁੱਛ ਕੇ ਇਲਾਜ ਕਰਾਉਂਦਾ ਸੀ, ਫਿਰ ਉਹਨੇ ਸੋਚਿਆ ਵੀ ਜੇ ਮੁਲਾਣਿਆਂ ਤੋਂ ਇਲਾਜ ਨਹੀਂ ਹੋਇਆ ਤੇ ਪੰਡਤਾਂ ਤੋਂ ਕਰਾ ਲਈਏ। ਉਹਨੇ ਪੰਡਿਤ ਬੜੇ ਜਿਹੜੇ ਮੰਤਰ ਜੰਤਰ ਕਰਦੇ ਉਹਨਾਂ ਨੂੰ ਬੁਲਾਇਆ। ਜਾ ਕੋ ਯਤਨ ਕੋ ਕਹੋ ਬੇਚਾਰੀ, ਸੂਬੇ ਸਰਹੰਦ ਨੇ ਪੰਡਤਾਂ ਨੂੰ ਕਿਹਾ ਕਿ ਕੋਈ ਹੀਲਾ ਦੱਸੋ, ਕੋਈ ਸਾਨੂੰ ਯਤਨ ਦੱਸੋ ਜਿਹਦੇ ਨਾਲ ਮੇਰੀ ਨੀਂਦ ਜਿਹੜੀ ਆ ਠੀਕ ਹੋ ਜਾਵੇ। ਰਾਤ ਨੂੰ ਮੈਨੂੰ ਨੀਲੇ ਬਾਣੇ ਵਾਲੇ ਆ ਕੇ ਮਾਰਦੇ ਨੇ, ਉਹਨਾਂ ਤੋਂ ਮੈਨੂੰ ਬਚਾ ਲਓ। ਊਹਾ ਆਇਓ ਥੋ ਕਪੂਰੋ ਬਿਰਾੜ, ਉਹਨਾਂ ਪੰਡਤਾਂ ਨੇ ਮੰਤਰ ਜੰਤਰ ਕੀਤੇ, ਪਰ ਮੰਤਰਾਂ ਨਾਲ ਵੀ ਸ਼ਹੀਦੀ ਫੌਜ ਕਾਬੂ ਨਹੀਂ ਆਉਂਦੀ ਕਿਸੇ ਤਰ੍ਹਾਂ ਵੀ। ਸ਼ਹੀਦ ਸਿੰਘਾਂ ਦਾ ਤਾਂ ਇੱਕੋ ਇਲਾਜ ਹੁੰਦਾ ਕਿ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਜਾਵੇ, ਉਹਨਾਂ ਦੇ ਅੱਗੇ ਗੋਡੇ ਟੇਕ ਦਿਓ, ਹੱਥ ਜੋੜ ਦਿਓ, ਮਹਾਰਾਜ ਦਸਵੇਂ ਪਾਤਸ਼ਾਹ ਦਾ ਵਾਸਤਾ ਪਾ ਦਿਓ, ਫਿਰ ਤਾਂ ਛੱਡ ਜਾਂਦੇ ਹੈ। ਉੱਦਾਂ ਨਹੀਂ ਛੱਡਦੇ ਸ਼ਹੀਦ ਸਿੰਘ ਕਿਸੇ ਨੂੰ ਵੀ, ਭਾਵੇਂ ਜਿੱਡਾ ਮਰਜ਼ੀ ਕੋਈ ਮੰਤਰ ਜੰਤਰ ਕਲਮਾ ਪੜ੍ਹਦਾ ਫਿਰੇ। ਸੋ ਸਾਰਾ ਜ਼ੋਰ ਲੱਗ ਗਿਆ। ਫਿਰ ਸਾਧ ਸੰਗਤ ਜੀ ਕਪੂਰਾ ਆਇਆ ਮਾਮਲਾ ਦੇਣ ਵਾਸਤੇ। ਕਪੂਰ ਸਿੰਘ ਜਿਹੜਾ ਕਪੂਰਾ ਬਰਾੜ ਕੋਟਕਪੂਰੇ ਦਾ ਸਰਦਾਰ ਹੋਇਆ, ਇਹ ਜਿਹੜਾ ਕੋਟਕਪੂਰਾ ਦਾ ਇਲਾਕਾ ਹੈ ਉੱਥੋਂ ਦਾ ਉਹ ਰਾਜਾ ਸੀ, ਅਤੇ ਸਰਹੰਦ ਦੇ 52 ਪਰਗਣਿਆਂ 'ਚ ਕਪੂਰਾ ਕਪੂਰੇ ਦਾ ਪਰਗਣਾ ਵੀ ਆਉਂਦਾ ਸੀ। ਯਾਨੀ ਕਪੂਰੇ ਦਾ ਜਿੰਨਾ ਟੈਕਸ ਸੀਗਾ ਉਹ ਸਰਹੰਦ ਹੀ ਉਤਾਰਿਆ ਜਾਂਦਾ ਸੀ। ਕਪੂਰਾ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਜੰਗ ਤੋਂ ਲਗਭਗ 1.5-2 ਮਹੀਨੇ ਬਾਅਦ ਸਰਹੰਦ ਮਾਮਲਾ ਦੇਣ ਆਇਆ ਸੀਗਾ। ਹਾਂਜੀ, ਉਹਨ ਕਹਿ ਦਿਓ ਐਸ ਵਿਚਾਰ, ਉਹਨੇ ਆ ਕੇ ਪੁੱਛਿਆ ਖਾਨ ਬਹਾਦਰ ਵਜ਼ੀਰ ਖਾਨ ਸੂਬਾ ਜੀ ਨੂੰ ਕਿ ਸੂਬਾ ਜੀ ਤੁਹਾਡਾ ਚਿਹਰਾ ਬੜਾ ਉਤਰਿਆ ਹੋਇਆ, ਤੁਸੀਂ ਬੜੇ ਰਾਜੀ ਹੁੰਦੇ ਸੀ, ਤਗੜੇ ਹੁੰਦੇ ਸੀ, ਅਤੇ ਹੁਣ ਤੁਸੀਂ ਅੱਧੇ ਵੀ ਨਹੀਂ ਰਹਿ ਗਏ, ਕੀ ਬਿਮਾਰੀ ਲੱਗ ਗਈ ਤੁਹਾਨੂੰ, ਕੀ ਤਕਲੀਫ ਹੈ? ਵਜ਼ੀਰ ਖਾਂ ਕਹਿਣ ਲੱਗਾ ਕਪੂਰਿਆ ਕੀ ਦੱਸਾਂ, ਮੇਰੇ ਜਿੰਨਾ ਤਾਂ ਦੁਖੀ ਕੋਈ ਨਹੀਂ, ਮੈਂ ਤਾਂ ਬਹੁਤ ਪਰੇਸ਼ਾਨ ਹਾਂ, ਮੈਨੂੰ ਤਾਂ ਨਾ ਦਿਨੇ ਚੈਨ ਹੈ ਨਾ ਰਾਤ ਨੂੰ। ਕਪੂਰਾ ਕਹਿਣ ਲੱਗਾ ਗੱਲ ਵੀ ਦੱਸੋ ਕੀ ਹੈ? ਉਹ ਕਹਿੰਦਾ ਕੋਈ ਨੀਲੇ ਬਾਣੇ ਵਾਲੇ ਆਉਂਦੇ, ਵੱਡੇ ਵੱਡੇ ਦੁਮਾਲਿਆਂ ਵਾਲੇ ਆ ਕੇ ਸੋਟੇ ਮਾਰਦੇ, ਜਦੋਂ ਸੌਣ ਲੱਗਾ ਉਠਾ ਦਿੰਦੇ ਆ, ਨੀਂਦ ਨਹੀਂ ਆਉਣ ਦਿੰਦੇ, ਰੋਟੀ ਖਾਣਾ ਦੇ ਅੰਦਰ ਰੋਟੀ ਨਹੀਂ ਲੰਘਣ ਦਿੰਦੇ, ਗਲ ਵਿੱਚ ਅੜਾ ਦਿੰਦੇ ਹੈ, ਨਾ ਮੇਰੇ ਅੰਦਰ ਰੋਟੀ ਲੰਘਦੀ ਹੈ, ਨਾ ਮੈਨੂੰ ਨੀਂਦ ਆਉਂਦੀ ਹੈ, ਅਤੇ ਮੈਂ ਕੁੱਲ ਦੁਨੀਆ ਦੇ ਇਲਾਜ ਕਰਾ ਬੈਠਾਂ, ਕੁੱਲ ਮੈਂ ਸਿਆਣੇ ਸੱਦ ਸੱਦ ਕੇ ਜਿਹੜੇ ਇਹ ਵਿੱਦਿਆ ਜਾਣਦੇ ਆ ਭੂਤਾਂ ਪ੍ਰੇਤਾਂ ਦੀ ਵਿੱਦਿਆ, ਉਹ ਸਾਧ ਸੰਗਤ ਜਿਹੜੇ ਭੂਤਾਂ ਪ੍ਰੇਤਾਂ ਦੀ ਵਿੱਦਿਆ ਨਾ, ਉਹ ਥੱਲੇ ਦੀ ਖੇਡ ਹੈ, ਜਿਹੜੀ ਸ਼ਹੀਦਾਂ ਦੀ ਖੇਡ ਹੈ ਉਹ ਤਿੰਨਾਂ ਗੁਣਾਂ ਤੋਂ ਪਰੇ ਦੀ ਖੇਡ ਹੈ। ਉਹ ਵਿਚਾਰੇ ਭੂਤਾਂ ਪ੍ਰੇਤਾਂ ਨੂੰ ਤਾਂ ਵੱਸ ਕਰ ਲੈਂਦੇ ਹੋਣਗੇ, ਪਰ ਸ਼ਹੀਦਾਂ ਨੂੰ ਕੌਣ ਵੱਸ ਕਰੇ? ਉਹ ਤਾਂ ਅਕਾਲ ਪੁਰਖ ਦੀਆਂ ਗੰਮੀ ਸ਼ਕਤੀਆਂ ਹਨ। ਸੋ ਇਸ ਕਰਕੇ ਸ਼ਹੀਦੀ ਫੌਜ ਦੇ ਸਾਹਮਣੇ ਕਹਿੰਦਾ ਕਿਸੇ ਸਿਆਣੇ ਦਾ ਵੱਸ ਨਹੀਂ ਚੱਲਿਆ। ਤਾਂ ਕਪੂਰੇ ਨੂੰ ਜਦੋਂ ਆਪਣਾ ਰੋ ਰੋ ਕੇ ਹਾਲ ਸੂਬੇ ਨੇ ਦੱਸਿਆ, ਦੋਹਰਾ ਤਿੰਨ ਤੁਰਕਣ ਕੋ ਯਾਉ ਕਹਿਓ ਯਾ ਕੋ ਸੁਣੋ ਉਪਾਏ। ਕਪੂਰਾ ਭਾਵੇਂ ਤੁਰਕਾਂ ਦਾ ਪੱਖੀ ਵੀ ਸੀ, ਪਰ ਅੰਦਰੋਂ ਗੁਰੂ ਘਰ ਦਾ ਸ਼ਰਧਾਲੂ ਸੀ। ਉੱਪਰੋਂ ਸਰਕਾਰ ਨਾਲ ਬਣਾ ਕੇ ਰੱਖਣੀ ਪੈਂਦੀ ਸੀ ਉਹਨੂੰ, ਵਿੱਚੋਂ ਦਸਵੇਂ ਪਾਤਸ਼ਾਹ ਜੀ ਦੀ ਸ਼ਕਤੀ ਨੂੰ ਜਾਣਦਾ ਵੀ ਸੀਗਾ, ਦੋਵੇਂ ਪਾਸੇ ਕਪੂਰੇ ਦੀ ਬਿਰਤੀ ਹੁੰਦੀ ਸੀ। ਸੋ ਕਪੂਰੇ ਨੇ ਫਿਰ ਸਾਧ ਸੰਗਤ ਜੀ ਸੂਬੇ ਨੂੰ ਦੱਸਿਆ, ਸਾਰੇ ਤੁਰਕਾਂ ਨੂੰ ਦੱਸਿਆ, ਤੁਹਾਨੂੰ ਮੈਂ ਇਹਦਾ ਇੱਕ ਹੀਲਾ ਦੱਸ ਦੇਣਾ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ। ਹਾਂਜੀ, ਜਿਹ ਜਾਗਾ ਗੁਰ ਸੁੱਤ ਬੱਧੇ ਤਹ ਜਾਗਾ ਦੇਹੋ ਬਣਾਏ। ਕਪੂਰੇ ਨੇ ਆਖਿਆ ਖਾਨ ਸਾਹਿਬ ਜੀ ਜਿਹੜੀ ਥਾਂ 'ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ ਉਹ ਜਗ੍ਹਾ ਪੱਕੀ ਬਣਵਾ ਦਿਓ, ਉਸ ਜਗ੍ਹਾ 'ਤੇ ਸਾਹਿਬਜ਼ਾਦਿਆਂ ਦੀ ਯਾਦਗਾਰ ਵਿੱਚ ਕੋਈ ਥੜਾ ਬਣਾ ਦਿਓ, ਆਲੇ ਦੁਆਲੇ ਫਰਸ਼ ਪਵਾ ਦਿਓ, ਅਤੇ ਉੱਥੇ ਜੁੱਤੀ ਪਾ ਕੇ ਜਾਣ ਉੱਤੇ ਪਾਬੰਦੀ ਲਾ ਦਿਓ, ਉਹਨਾਂ ਦੀ ਯਾਦਗਾਰ ਵਿੱਚ ਉੱਥੇ ਦੀਵਾ ਬਾਲ ਕੇ ਜੋਤ ਬਾਲ ਕੇ ਉੱਥੇ ਸਾਰੇ ਮੱਥਾ ਟੇਕਿਆ ਕਰੋ, ਤਾਂ ਤੁਹਾਡੀ ਜਾਨ ਬਚੇਗੀ।
जाओ पई निशा परत नित दीप बलवायो। रोज शाम नू दीवा बालिया करो, जिथे साहब जादे शहीद होए ने और दीवा भी देसी घ्यो दा बालिया करो। साध संग जी वखो वख हुंदे शहीदां सिंघां दी जिहड़ी जोत देसी घ्यो दी हुंदी है, बाकियां दे कोई सरों दे चिराग बालदा कोई कुछ बालदा। शहीदां सिंघां दे अस्थानां दी जो मर्यादा अजे भी फतेहगढ़ साहब जाके देखो अखंड जोत शहीदां सिंघां दी बल रही, बाबा जोरावर सिंह बाबा फतेह सिंह साहब जी दी। सो भावें कई आ तर्क वितर्क करन वाले कहिंदे फिरदे आ जी जोतां बंद कराओ, पर उत्थे नहीं जाके बोल सकते, उत्थे उन्हां दी अपनी ही बंद हो जांदियां जिहड़े उत्थे बंद कराणियां चाहुंदे, क्योंकि शहीदां सिंघां दा प्रतख पहरा है। सो सूबे नूं कपूर सिंह कहिंदा, कहिंदा भी गुरु के साहब जादे जिथे शहीद किते उत्थे इक थड़ा बनवा दे, वो थड़े दे उत्ते कोई जुत्ती लैके ना चढ़े, उत्थों कोई लंघे ना, कोई बेद भी ना करे नेड़े तेड़े, कोई पेशाब मल मूत्र करके ना लंघे, और उत्थे शाम नूं रोज़ दीवा बालना जरूरी देसी घ्यो दा। हाँ जी, गुर जागा कह कड़ाहो करायो। उत्थे गुरु दी देह कड़ा प्रसाद संगतां चढ़ाण, तुसीं उहनूं रोकणा नहीं बल्कि आप भी चढ़ाणी है, अपने वल्लों भी उस स्थान दी पूजा करनी है। मंदो गंदो को ऊहां ना जायो। बिना नहाते धोते बिना इशनान कीते मंदा गंदा शरीर मैला कपड़ा पा के जां मैली किरिया लै के उत्थे नहीं जाणा। जिन्हें भी जाना है शहीदी स्थान ते केसी इशनान करके साफ सुथरे बस्तर पा के अदब नाल जाना है। झाड़ू दे सुध ठौर रखायो। और झाड़ू दो टाइम गुरुद्वारे फतेहगढ़ साहब वाली जिहड़ी धरती है, कपूर सिंह कहिंदा उत्थे शहीदां दी जगह ते झाड़ू भी मार के सफाई रखनी है। हाँ जी, सुखनो सुखै तिसै बर आवै। और सुखना जिहड़ी उत्थे सुखेगा ओहदी सुखना पूरी होवेगी, उत्थे कीती अरदास पूरी होवेगी। करे तगाफली सो पछतावै। कोई गाफली करेगा बेअदबी करेगा वो पछतावेगा, जेड़ा सुखना सुखेगा अदब रखेगा देग चढ़ावेगा वो सुख पावेगा। एक सिख तह देहो बहाई। एक सिंह उत्थे गुरु का सिख कोई होवे उत्थे पक्का बिठा दियो। सूबे नूं कपूरा कह रहा जिहड़ा गुरु घर नूं मनण वाला सिख होवे, जिहड़ा ओह मर्यादा नूं जाणदा होवे, ओहनूं उत्थे पहरा दिओ तां कि ओह झाड़ू दीप दी सेवा करदा रहे। सोले वग सब बिद बनवाए। जिहड़ा गुरु का सिख आ ओहनूं पता होएगा भी गुरु घर दी मर्यादा की है, ओह आपे ही तुहानूं दस के करवा लवेगा सारा कुछ। वजीरै मनजूर सब कर लई। सो सूबे वजीर खां ने जिहने साहिबजादिआं नूं नीहां 'च चिणिआ सी उन्हें ही साहबजादियों की यादगार विच छोटा जिहा थड़ा निक्कियां इट्टां दा तैयार करवाया। साध संगत जी कदी तुसीं फतेहगढ़ साहब जाओ, फतेहगढ़ साहब थल्ले भौरा साहब है, भौरे दे विच इक सुनहरी पालकी है, वह पालकी दे विच गुरु ग्रंथ साहब का प्रकाश है। ये वो जगह है जिथे धन धन बाबा जोरावर सिंह साहब जी धन धन बाबा फतेह सिंह जी नूं नीहां विच चिण के शहीद किया सी। उस पालकी दे सामने एक थड़ा बनया होया है, लगभग 2 फुट उच्चा होगा और 2.5 फुट थड़ा एडा सारा है, और 2 फुट उहदी चौड़ाई है 2 फुट ही उहदी लंबाई है, चौरस थड़ा है। वह पालकी दे थड़े नालों वक्खरा नज़र आउंदा है, उहदे उत्ते कुछ शस्त्र जां कुछ गमले रखे हुंदे हन। वह थड़ा असल वह थड़ा है जिहड़ा सूबे ने यादगार वजों उत्थे बनवाया सी, जदों बाद विच भी पंथ कई बारी गुरद्वारा बनिया ढाया पर वह थड़े नूं नहीं छेड़िया। वह थड़ा अजे तक उस तरह कायम है, भौरा साहब के अंदर तुसी जाओगे चारे पासे उहदे दर्शन होंदे हन, पालकी दे सामने है थले। सो साध संगत जी वह थड़ा सूबे ने बनवा के साहबजादियां दी याद कायम कीती है। अपने दुख ते देर ना कई। अपने दुख तो कहिंदे गौ बनावे ज्यों, सियाणिआं दी कहावत है जदों बंदे नूं आप नूं दुख होवे उदों सारे काम कर लैंदा, उहनूं देर नहीं लगी सेवा कराउण लग्गिआं उहने फटाफट गुरद्वारा साहिब जी दी पहली जिहड़ी यादगार है फतेहगढ़ साहिब दी उह थड़ा तैयार करवा दित्ता। दिनों खर्च चबूतरा लाए। चबूतरा बना दिता, 4 कोना नू चबूतरा कहिंदे, खर्चा दे के ऐसो दयो उन बूढ़न बताए। जिवें उन्हां सियाणिआं ने
ਉਹ ਕਪੂਰੇ ਨੇ ਦੱਸਿਆ ਸੀਗਾ ਉਸੇ ਤਰ੍ਹਾਂ ਹੀ ਵਜ਼ੀਰ ਖਾਂ ਨੇ ਥੜਾ ਬਣਵਾ ਦਿੱਤਾ ਸੀ। ਹੁਣ ਜਦੋਂ ਖਾਲਸਾ ਪੰਥ ਲਗਭਗ 60 ਸਾਲ ਬਾਅਦ ਸਰਹੰਦ ਵਿੱਚ ਵੜਿਆ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ 60-65 ਸਾਲ ਹੋ ਗਏ ਨੇ, ਉਸ ਵੇਲੇ ਦੇ ਬਜ਼ੁਰਗਾਂ ਨੇ ਬਾਬਾ ਜੱਸਾ ਸਿੰਘ ਆਲੂਵਾਲੀਏ ਨੂੰ ਫਿਰ ਉਹ ਸਾਰੀ ਕਹਾਣੀ ਸੁਣਾਈ ਹੈ ਕਿ ਇਸ ਤਰ੍ਹਾਂ ਇਹ ਇੱਕ ਵਾਰੀ ਥੜਾ ਜਿਹੜਾ ਸੀ ਸੂਬੇ ਨੇ ਬਣਵਾਇਆ ਸੀ। ਬਾਅਦ 'ਚ ਬਾਬੇ ਬੰਦੇ ਬਹਾਦਰ ਨੇ ਵੀ ਇਹਦੀ ਸੇਵਾ ਕਰਾਈ ਸੀ ਅਤੇ ਬਾਅਦ 'ਚ ਫਿਰ ਮੁਗਲਾਂ ਦਾ ਰਾਜ ਆ ਗਿਆ, ਉਹਨਾਂ ਨੇ ਫਿਰ ਇੱਥੇ ਸਿੱਖਾਂ ਦਾ ਟਿਕਾਣਾ ਨਾ ਰਹਿਣ ਦਿੱਤਾ, ਪਰ ਇਹ ਜਗ੍ਹਾ ਜਿਹੜੀ ਹੈ ਉੱਦਾਂ ਹੀ ਕਾਇਮ ਹੈ। ਯਾਉ ਸੁਣ ਖਾਲਸਾ ਕਰੀ ਸਲਾਹੇ, ਇਹ ਸੁਣ ਕੇ ਫਿਰ ਖਾਲਸੇ ਪੰਥ ਨੇ ਸਲਾਹ ਕੀਤੀ, ਇਹਾਂ ਦਰਬਾਰ ਦਇਓ ਖੂਬ ਬਣਾਏ, ਇੱਥੇ ਸੋਹਣਾ ਜਿਹਾ ਇੱਕ ਗੁਰਦੁਆਰਾ ਬਣਨਾ ਚਾਹੀਦਾ। ਹੁਣ ਸਿੰਘਾਂ ਦਾ ਰਾਜ ਹੈ, ਕਿਲ੍ਹਾ ਢਾ ਦਿੱਤਾ, ਹੁਣ ਤੁਰਕ ਇੱਥੇ ਆਉਣਗੇ ਹੀ ਨਹੀਂ। ਅੱਗੇ ਤਾਂ ਸਿੰਘ ਚਲੇ ਜਾਂਦੇ ਸੀ, ਤੁਰਕ ਕਬਜ਼ਾ ਕਰ ਲੈਂਦੇ ਸੀ, ਕਿਲ੍ਹਾ ਵੇਖ ਕੇ ਵੜ ਜਾਂਦੇ ਸੀ। ਬੰਦੇ ਬਹਾਦਰ ਨੇ ਕਿਲ੍ਹਾ ਨਹੀਂ ਸੀ ਢਾਇਆ, ਹੁਣ ਸਿੰਘਾਂ ਨੇ ਕਿਲ੍ਹਾ ਵੀ ਢਾ ਦਿੱਤਾ, ਵੀ ਨਾਮ ਇੰਨਾ ਰਹੇਗਾ, ਨਿਸ਼ਾਨੀ ਨਹੀਂ ਰਹੇਗੀ ਕਿੱਥੇ ਆ ਕੇ ਬੈਠਣਗੇ ਤੁਰਕ। ਸਫਾ ਕਰ ਦਿੱਤੇ ਸਾਰੇ ਕਿਲ੍ਹੇ ਢਾ ਕੇ ਸਰਹੰਦ ਦੇ, ਅਤੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਬਣਾਉਣ ਦੀ ਤਜਵੀਜ਼ ਰੱਖੀ ਹੈ। ਝੰਡੇ ਗੱਡੋ ਔਨਗਾਰੋ ਤਰਾਓ, ਕਹਿੰਦੇ ਇੱਥੇ ਝੰਡਾ ਸਾਹਿਬ ਨਿਸ਼ਾਨ ਸਾਹਿਬ ਗੱਡ ਦਿਓ ਅਤੇ ਨਗਾਰਾ ਰੱਖ ਦਿਓ, ਜਿੱਥੇ ਨਿਸ਼ਾਨ ਅਤੇ ਨਗਾਰਾ ਉੱਥੇ ਬਣਦਾ ਗੁਰਦੁਆਰਾ। ਇਹ ਸਾਧ ਸੰਗਤ ਦੀ ਪੁਰਾਤਨ ਮਰਿਆਦਾ ਹੈ, ਨਿਸ਼ਾਨ ਸਾਹਿਬ ਦੀ ਅਤੇ ਨਗਾਰੇ ਦੀ। ਨਗਾਰਾ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਨਿਸ਼ਾਨ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਲਗਾਇਆ ਗਿਆ ਅਤੇ ਨਗਾਰਾ ਵੀ ਉੱਥੇ ਰੱਖਿਆ ਗਿਆ। ਬਹਾਏ ਸਿੰਘ ਇਹਾਂ ਪੂਜ ਲਗਾਓ, ਇੱਥੇ ਕੋਈ ਸਿੰਘ ਸੇਵਾ ਦੇ ਉੱਤੇ ਪਹਿਰੇ ਦੇ ਉੱਤੇ ਬਿਠਾ ਦਿਓ ਜਿਹੜਾ ਗੁਰਦੁਆਰੇ ਦੀ ਸੇਵਾ ਕਰੇ, ਅਤੇ ਇਹਨੂੰ ਜਗੀਰ ਵੀ ਲਾ ਦਿਓ। ਪੂਜਾ ਗੁਰਦੁਆਰਾ ਬਣਾ ਕੇ ਉਹਨੂੰ ਖਰਚਾ ਵੀ ਚਾਹੀਦਾ। ਆਏ ਗਏ ਲੰਗਰ ਵਾਸ ਸਿੰਘਾਂ ਦੇ ਲੰਗਰ ਦਾ, ਸਾਧੂ ਸੰਗਤ ਦਾ ਪ੍ਰਬੰਧ ਹੋਵੇ, ਜੋੜ ਮੇਲਾ ਵੀ ਸਾਲ ਪਿੱਛੋਂ ਲੱਗਿਆ ਕਰੇ ਸ਼ਹੀਦਾਂ ਦਾ, ਅਤੇ ਇੱਥੇ ਗੁਰੂ ਕੇ ਲੰਗਰ ਵਰਤਿਆ ਕਰਨ। ਹਾਂਜੀ, ਪ੍ਰਾਤ ਹੋਤ ਪੰਥ ਆਇਓ ਸਾਰੋ, ਸੋ ਇਹ ਸਲਾਹ ਕਰਕੇ ਅਗਲੇ ਦਿਨ ਸਾਰਾ ਹੀ ਪੰਥ ਖਾਲਸਾ, ਜਿੰਨਾ ਵੀ ਬੁੱਢਾ ਦਲ, ਤਰਨਾ ਦਲ, ਜਿੰਨੀਆਂ ਜਥੇਬੰਦੀਆਂ ਮਿਸਲਾਂ ਸਨ, ਸਾਰੀਆਂ ਹੀ ਫਤਿਹਗੜ੍ਹ ਸਾਹਿਬ ਦੇ ਪ੍ਰਾਂਗਣ ਵਿੱਚ ਇਕੱਠੀਆਂ ਹੋ ਗਈਆਂ। ਕਿਉਂ ਉਵੇਂ ਜਿਮ ਰਾਤ ਉਚਾਰੋ, ਜਿਵੇਂ ਰਾਤੀ ਸਿੰਘਾਂ ਨੇ ਗੁਰਮਤਾ ਸੋਧਿਆ ਸੀਗਾ ਉਹਦੇ ਮੁਤਾਬਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਨੀਂਹ ਪੱਥਰ ਰੱਖ ਦਿੱਤੀ ਗਈ। ਦੋਹਰਾ ਪ੍ਰਾਤ ਹੋਤ ਪੰਥ ਆਏ ਸਭ, ਲਾਇਓ ਉਹਾਂ ਦੀਵਾਨ, ਸਾਰਾ ਪੰਥ ਆ ਗਿਆ। ਬਾਬਾ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸ਼ੂਕਰ ਚੱਕੀਆ, ਜੈ ਸਿੰਘ ਕਨਹੀਆ, ਹਰੀ ਸਿੰਘ ਭੰਗੀ, ਕਰਮ ਸਿੰਘ ਨਕਈ, ਬਾਕੀ ਤਾਰਾ ਸਿੰਘ ਡੱਲੇਵਾਲੀਆ, ਸਾਰੀਆਂ ਮਿਸਲਾਂ ਸਿੰਘ ਸਾਰੇ ਆ ਕੇ ਫਤਿਹਗੜ੍ਹ ਸਾਹਿਬ ਦੇ ਵਿਹੜੇ 'ਚ ਬੈਠ ਕੇ ਦੀਵਾਨ ਸੱਜ ਗਿਆ। ਬਣਵਾਏ ਥੜੋ ਚੌਕੀ ਧਰੀ ਉੱਪਰ ਚੰਦੋਵੋ ਤਾਨ, ਸਿੰਘਾਂ ਨੇ ਥੜਾ ਬਣਾਇਆ ਸ਼ਹੀਦੀ ਅਸਥਾਨ ਦੇ ਉੱਤੇ, ਉਹਦੇ ਉੱਤੇ ਸੁੰਦਰ ਚੌਂਕੀ ਰੱਖੀ ਅਤੇ ਚੌਂਕੀ ਦੇ ਉੱਤੇ ਚੰਦੋਆ ਤਾਣ ਦਿੱਤਾ। ਚਾਉ ਪਈ ਚੌਂਕੀ ਤੋਂ ਤੁਰਤ ਤਖਤ ਬਣਾਇਆ, ਚੌਂਕੀ ਦਾ ਸੋਹਣਾ ਤਖਤ ਬਣਾਇਆ ਵਧੀਆ ਸੁੰਦਰ, ਸਾਥ ਰੁਮਾਲਣ ਖੂਬ ਟਕਾਇਆ, ਉਹਦੇ ਉੱਤੇ ਸੋਹਣੇ ਰੁਮਾਲ ਵਧੀਆ ਬਸਤਰ ਪਾ ਕੇ ਉਹਨੂੰ ਟੱਕ ਦਿੱਤਾ। ਪੰਜ ਸ਼ਸਤਰ ਉੱਪਰ ਧਰੇ ਆਣ, ਪੰਜ ਸ਼ਸਤਰ ਉਹਦੇ ਉੱਤੇ ਰੱਖ ਦਿੱਤੇ। ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਰੂਪ ਬਹੁਤ ਘੱਟ ਹੁੰਦੇ ਸਨ। ਇੱਕ ਤਾਂ ਇਹ ਕਾਰਨ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤ ਘੱਟ ਮਿਲਦੇ, ਹੱਥ ਨਾਲ ਲਿਖਣੇ ਪੈਂਦੇ ਸਨ। ਦੂਸਰਾ ਇਹ ਸੀ ਵੀ ਕਿਤੇ ਸਿੰਘ ਨਾ ਰਹਿਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਭਾਲ ਨਹੀਂ ਹੋ ਸਕਦੀ। ਇਸ ਕਰਕੇ ਗੁਰਦੁਆਰਿਆਂ ਦੇ ਵਿੱਚ, ਸ਼ਹੀਦੀ ਅਸਥਾਨਾਂ 'ਤੇ, ਬਹੁਤ ਗੁਰਦੁਆਰਿਆਂ 'ਚ ਸ਼ਸਤਰ ਹੀ ਰੱਖੇ ਹੁੰਦੇ ਸਨ, ਕਿਉਂਕਿ ਸ਼ਸਤਰ ਵੀ ਗੁਰੂ ਦਾ ਰੂਪ ਮੰਨੇ ਜਾਂਦੇ, ਇਹ ਹੈ ਹਮਾਰੇ ਉਹ ਪੀਰ। ਸੋ ਸਿੰਘਾਂ ਨੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਬਣਾ ਕੇ, ਮਹਾਰਾਜ ਦੇ ਸ਼ਹੀਦਾਂ ਦਾ ਤਖਤ ਪੋਸ਼ ਬਣਾ ਕੇ ਉਹਦੇ ਉੱਤੇ ਸ਼ਸਤਰ ਪੰਜ ਰੱਖੇ ਹਨ। ਗੁਰ ਸਰੂਪ ਲੈ ਸ਼ਸਤਰ ਮਾਨ, ਗੁਰੂ ਦਾ ਰੂਪ ਸ਼ਸਤਰਾਂ ਨੂੰ ਮੰਨਦੇ ਸਨ, ਸ਼ਸਤਰਾਂ ਦੀ ਪੂਜਾ ਹੁੰਦੀ ਸੀ। ਅਜੇ ਵੀ ਅੰਗੀਠਿਆਂ ਦੇ ਉੱਤੇ ਤਾਂ ਸ਼ਸਤਰ ਹੀ ਹਨ, ਹਜ਼ੂਰ ਸਾਹਿਬ ਚਲੇ ਜਾਓ, ਹੋਰ ਵੀ ਸਥਾਨਾਂ ਦੇ ਉੱਤੇ, ਤਖਤਾਂ ਦੇ ਉੱਤੇ ਸ਼ਸਤਰ ਹੀ ਹੁੰਦੇ ਹਨ।
हाँ जी गुर हजूर जिम शस्त्र पुजवाए। जिवें श्री गुरु गोबिंद सिंह जी कलगीधर अपनी हजूरी च शस्त्रां दी पूजा कराया करते सन, महाराज ने एक बाद दी मर्यादा नहीं है, ये अपने हजूर दी मर्यादा है दसवें पातशाह दी। एक बारी जदों महाराज कोटकपूरे पहुंचे कलगीधर पातशाह, ते कपूरा गुरु साहब दे दीवान च मत्था टेकण लई आया। दीवान सजिया होया सी, गुर प्रताप सूरज कथा भाई संतोख सिंह ने लिखी है, कहिंदे सजे दीवान च दो तख्त पोश लगे हुए सन, दोवां ते चंदोए लगे हुए सन। एक दे उत्ते गुरु कलगीधर जी बैठे सन, ते दूसरा तख्त पोश थोड़ा उच्चा सी, उहदे ते महाराज दे शस्त्र प्रकाश सन। शस्त्रां उत्ते भी चौर हो रहा सी, गुरु साहब ते भी चौर हो रहा सी। जिहड़े भी सिंघ आ रहे सन शस्त्रां नूं भी मत्था टेकदे सन, ते कलगीधर जी नूं भी मत्था टेकदे सन। इह देख के कपूरे नूं शंका हो गया। कपूरे ने आख्या, गुरु जी मैं एक गल पुछणी चाहुंना, मैनूं किरपा करके दसो। महाराज कहिंदे पुछो कपूर सिंह, की पुछना है? कहिंदा महाराज पुछना यह है कि तुसीं साडे गुरु हो, साडे पीर हो, असीं तुहानूं मत्था टेकदे हां, तुहाडे सिर ते चंदोआ भी लगना चाहीदा, तुहाडे सिर ते चौर भी होना चाहीदा, पर यह लोहे दे शस्त्र निरजिंद शस्त्र हन, तलवारां हन, बरछे हन, बंदूकां हन, इन्हां नूं मत्था टेकना, इन्हां दे उत्ते चौर करना, इन्हां उत्ते चंदोआ लाना, इहदा क्या मतलब है? सतगुरु कहण लगे, कपूरिया तू सानू क्यों मत्था टेकदा है? कहिंदा जी तुसीं मेरे गुरु पीर हो। महाराज कहिंदे फिर आ शस्त्र साडे गुरु पीर हन, असीं इन्हां दा सत्कार करदे। अस किरपान खंडो खड़ग तुपक तबर अर तीर, सैफ सरोही सहती यह हमारे पीर, तीर तुही सहती तुही तुही तबर तरवार, नाम तिहारो जोज पै भय सिंध पव पार, काल तुही काली तुही तुही तेग अर तीर, तुही निशानी जीत की आज तुही जगबीर। ये अकाल पुरख की शक्ति प्रतख प्रथम भगवती सिमर कै गुरु नानक लई त्याए। इहदे तो बिना कोई पावर दुनिया ते है ही नहीं। सब तो वड्डी करामात, सब तो वड्डी शक्ति ये शस्त्र ही हैं। इस करके सतगुरु जी अपने दरबार विच शस्त्रां दी पूजा कराते सन। श्री अकाल तख्त साहब जाओ तुसी, गुरु ग्रंथ साहब के सरूप तो उच्चा शस्त्रां दा प्रकाश कीता होया। केसगढ़ साहब जाओ, उत्थे भी शस्त्रां दा प्रकाश तख्त के उपर है, उच्चा है। हजूर साहब, पटना साहब, सब जगह ते शस्त्रां नूं महानता क्यों दित्ती जाती है? शस्त्र अकाल पुरख वाहिगुरु की प्रतख शक्ति का नाम है। जो असी पढ़ते हाँ, पूजा अकाल की परचा शब्द का दीदार खालसे का, ये तीन गल्लां अकाल तख्त की मोहर के उत्ते लिखियां। पूजा अकाल की, पूजा अकाल की की शस्त्रां की पूजा है, परचा शब्द का गुरु ग्रंथ साहब की बाणी मन नूं परचाउंदी, शब्द ब्रह्म नाल जोड़दा है। तीजा दर्शन खालसे का करना है, ये गुरु का रूप है। ये सतगुरों ने जो सिद्धांत बख्शिश किए, वो सिद्धांतों मुताबक खालसे ने फतेहगढ़ साहब गुरद्वारा तैयार किया, ते पंजां शस्त्रां दा शहीदी अस्थान उत्ते प्रकाश कर दिता। धूप चंदन चर्च सुमन बरसवाए, और धूप तुखा के चंदन दी तिलक ला के चंदन चर्च के फुलां दी बरखा कीती है। संखन की धुन घंटन की कर, फूलन की बरखा बरखावें, आरती कोट करें सुर सुंदर, पेख पुरंदर के बल जावें। शस्त्रां नूं नमस्कार कीती है, चौर मुठो तह दयो करवाए, और चौर रख दिता शस्त्रां दे उत्ते करन नूं। अजकल तां चौर करन नूं कहिंदे, शस्त्रां दे चौर क्यों करदे? पर ये नवे जमे जिहड़े साध संगत जी, सारा कुछ ही बदली जाणगे। असल पुरातन मर्यादा तख्तां दे जाके देखो, उत्थे शस्त्रां नूं चौर हुंदा है। एक सिंह बहाल्यो मुख्तियार ठहराए, एक सिंह जथेदार बना के मुख्तियार उस स्थान दा महंत बना के छड़ दिता, ते बाकी कुछ सिंघां नूं उहदे मतहत सेवा करन दे लई लंगर पानी दी, अस्थान दी झाड़ू दी, दीप दी सेवा करन लई ला दिता। उसै सिंह थो सतगुर जानियो, उह सिंह गुरु साहब जी दा प्रेमी सी, गुरु नूं जानन वाला, बाणी दे च रंग्या होया सी, जिहनूं अस्थान फतेहगढ़ साहब दी सेवा दी जिम्मेवारी दित्ती।
टहल करै अत ही मन मान्यो। ओ बड़े प्रेम नाल टहल करन लगा, फतेहगढ़ साहब अस्थान दी सेवा करन लगा। बहुत खालसा तह कड़ाहु करवाई, बहुत सारा खालसा उथे कड़ाह प्रसाद दियां देगां करांदा है। बहुत चढ़ावे पंथ चढ़ाई, पंथ ने चढ़ावे इन्ने चढ़ा दिते, गुरुद्वारा सुंदर बन गया। देहे परदखनो बाणियां उचारै, सिंह उस स्थान ते परदखना करदे ने, बाणियां पढ़दे सारा सारा दिन, सिंह बाणी पढ़दे सारी सारी रात, बाणी पढ़दे नाम अभ्यासी सिंह फतेहगढ़ साहब दी धरती ते जप तप करदे हन। सो पावै जो चित धारै, जो मन विच फुरना करदे गुरु साहिब जी दी बाणी दे नाल ओ पूरा हुंदा, जो मंग है ठाकुर अपने ते सोई सोई देवै, नानक दास मुखते जो बोले इहां उहां सच होवे। हांजी, बैठाए रबाबी शब्द पढ़वायो, रबाबी कीर्तनीए उत्थे शब्द पढ़दे हन, मृदंग बजदा है, रबाब बजदी है, कीर्तन हुंदा गुरु साहिब जी दे अस्थान ते। इम कर खालसो डेहरो जगायो, इस प्रकार खालसा पंथ ने गुरुद्वारा श्री फतेहगढ़ साहिब शहीदां सिंघां दी जगह जैन खां नूं मार के सरहंद फतेह करके फिर नवे सिरों तामीर कीती। दोहरा दई जगीर लगाए जाओ श्री गुरुद्वारे साथ, फतेहगढ़ साहब गुरुद्वारे नूं सारियां मिसलां ने जगीरां भेटा कीतियां, किसे ने 5 किले, किसे ने 10, किसे ने 50, किसे ने 100, जिन्नी जिन्नी किसे दी समर्था सीगी, जमीनां जिहड़ियां ने जथेदारां ने, बाबा जस्सा सिंह वर्गियां ने, चढ़त सिंह वर्गिया ने, किसी ने साल दे 100 रुपया, किसी ने 500 रुपया, एदा गुरुद्वारे फतेहगढ़ साहब दी जगीर बन दिती है। बैठ सो देहरे खाहे सिंह पटे शहर निज हाथ, और शहर दे सारे पटे खालसे ने अपने हाथ विच कर ले ने, इत्थे बह के सिंह लंगर छकदे रहणगे, जोड़ मेला लग्या करेगा, एदां दा बंदोबस्त सियाने सरदारा ने कर दिता है। रतन सिंह जिम सुनी थी पिता अपने पास, भाई रतन सिंह जी ने अपने पिता राय सिंह तो जो कथा सुनी सी, ओ भाई रतन सिंह जी कहंदे मैं इत्थे लिख दिती है, फतेहगढ़ साहब गुरुद्वारा बनाया। फिर साध सिंह जी इहदी सेवा पटियाले वाले राजे ने भी करवाई, उन्हें भी फिर गुरुद्वारे की सेवा बहुत, जिहड़ा भाई कान सिंह नाभे का महान कोश है उहदे विच पुराने गुरुद्वारे की फोटो है। हुण जिहड़ा गुरुद्वारा है ये कंबली वाले संतां ने, काली भूरी वाले संत जिहड़े होए ने महापुरश कार सेवा वाले, उन्होंने ये कराई सी कोई अज तो 50-60 साल पहला। उस तो पहला जिहड़ा गुरुद्वारा महान कोश विच देखदे हाँ वह सीगा जिहड़ा राजे पटियाले ने सेवा कराई सी सिंघां दे राज दे वेले। सो इस तरह फतेहगढ़ साहब गुरुद्वारा बड़ा सुंदर बन गया। लिखी सो खातर खालसा पढ़ सुन करें अरदास, खालसे का भला होवेगा, आने वाले समय च सिंह कथा पढ़िया करनगे, अपने इतिहास का उन्होंने पता लगेगा। इस करके भाई रतन सिंह जी ने पंथ प्रकाश विच फतेहगढ़ साहब दे बनन दी कथा भी लिख दित्ती है। दोहरा शहर माल तो लुट लयो रहयो गड़ी एक माल, साध संगत जी शहर दा सारा माल दा सिंघां ने लुट लिया, बड़े बड़े वड्डे खजाने सरकार दे भरे पए, सिंघां दे कब्जे च हो गए, सरहंद शहर विच करोड़ां रुपया सी जिहड़ा खालसे दे हथ आ गया, पर एक गड़ी जिहड़ी सी उदे विच अजे माल बाकी बचिया पिया सी। जिसै भांत सो जा पुट्यो तिसको सुनो हवाल, जिस तरह वह गड़ी भी सिंघां ने जा पुट्टी है, वह खजाना भी खालसे दे हाथ आया है, वह कथा सुनो। चाओ पई बाफर माल तो लुट लयो आम, जिहड़ा फालतू माल सीगा उह तां लोक ही लुट के लै गए, जिन्हां जिन्हां नूं मिलिया सिंघां नाल रल गए लुटेरे भी सिंघां दा रूप बना के, ਉਹ ਵੀ ਆਪਣੇ ਘਰਾਂ ਨੂੰ ਹੱਥ ਸਾਫ਼ ਕਰਕੇ ਲੈ ਗਏ। ਰਲਿਓ ਖਾਲਸਾ ਸੋ ਸਿੰਘ ਧਰ ਨਾਮ, ਸਿੰਘ ਬਣ ਕੇ ਸਿੰਘਾਂ ਵਾਲੇ ਨਾਮ ਰੱਖ ਕੇ ਲੁਟੇਰੇ ਵੀ ਵਿੱਚ ਰਲ ਜਾਂਦੇ ਸਨ। ਇਹੋ ਜਿਹਾ ਜਦੋਂ ਸਮਾਂ ਆਉਂਦਾ ਹੈ ਨਾ, ਉਸ ਵੇਲੇ ਲੁਟੇਰੇ ਫਟਾਫਟ ਨਾਲ ਰਲ ਜਾਂਦੇ, ਸਿੰਘਾਂ ਵਾਲਾ ਹੀ ਰੂਪ ਬਣਾ ਲੈਂਦੇ, ਦਾੜੀਆਂ ਕੇਸ ਵੀ ਰੱਖ ਲੈਂਦੇ, ਜਦੋਂ ਔਖਾ ਟਾਈਮ ਆਵੇ ਸਿੰਘਾਂ ਦਾ ਸਾਥ ਛੱਡ ਕੇ ਫਿਰ ਸਿਰ ਮੂੰਹ ਬਣਾ ਲੈਂਦੇ, ਪਰ
ਉਹ ਲੁਟੇਰੇ ਜਿਹੜੇ ਸਨ ਇੰਨਾ ਕੁ ਸਿੱਖਾਂ ਦਾ ਫਾਇਦਾ ਕਰ ਦਿੰਦੇ ਸੀ ਵੀ ਦੁਸ਼ਮਣ ਨੂੰ ਜਿਹੜਾ ਨਾ ਫੌਜ ਜ਼ਿਆਦਾ ਨਜ਼ਰ ਆਉਂਦੀ ਸੀ, ਦੁਸ਼ਮਣ ਘਬਰਾ ਜਾਂਦਾ ਸੀ ਵੀ ਸਿੱਖ ਬਹੁਤ ਆ ਗਏ ਆ। ਸੋ ਖਾਲਸੇ ਨੇ ਸਰਹੰਦ ਫਤਿਹ ਕਰ ਲਈ, ਲੁਟੇਰਿਆਂ ਨੇ ਬਹੁਤ ਮਾਲ ਲੁੱਟ ਲਿਆ, ਨਕਦ ਮਾਲ ਲਿਓ ਲੋਕਾਂ ਲੁਕਾਏ, ਨਕਦ ਮਾਲ ਸੋਨਾ ਚਾਂਦੀ ਲੋਕਾਂ ਨੇ ਲੁਕਾ ਲਿਆ ਸੀ, ਬਹੁਤ ਜ਼ਿਆਦਾ ਲੁਕਾ ਲਿਆ ਸੀ। ਨੀਹਨ ਮਹਿਲਨ ਹੇਠ ਗਡਵਾਏ, ਉਹਨਾਂ ਨੇ ਆਪਣੇ ਮਕਾਨਾਂ ਦੀਆਂ ਨੀਹਾਂ ਦੇ ਥੱਲੇ ਦੱਬ ਦਿੱਤਾ ਵੀ ਨੀਂਹ ਕੌਣ ਪੱਟੇਗਾ। ਉਹ ਨੀਹਾਂ ਦੇ ਥੱਲੇ ਜਾ ਜਾ ਕੇ ਨਾ ਡੂੰਘੇ ਪੱਟ ਪੱਟ ਕੇ ਟੋਏ ਮਕਾਨਾਂ ਦੀ ਨੀਹਾਂ ਦੇ ਥੱਲੇ ਸੋਨਾ ਚਾਂਦੀ ਹੀਰੇ ਮੋਤੀ ਜੋ ਕਿਸੇ ਕੋਲ ਮਹਿੰਗਾ ਗਹਿਣਾ ਗੱਟਾ ਸੀ ਉਹ ਸਭ ਥੱਲੇ ਲੋਕਾਂ ਨੇ ਦੱਬ ਦਿੱਤਾ ਸੀ। ਉਨ ਭਲ ਜਾਨ ਦਿਓ ਡੂੰਘੋ ਦੱਬ, ਉਹਨਾਂ ਨੇ ਤਾਂ ਆਪਣੇ ਮਾਲ ਨੂੰ ਸੇਫ ਕਰਨ ਵਾਸਤੇ ਵੀ ਡੂੰਘਾ ਦੱਬਿਆ ਕਿ ਜਿੰਨਾ ਮਾਲ ਡੂੰਘਾ ਦੱਬਾਂਗੇ ਉਹਨਾਂ ਬਚਿਆ ਰਹੇਗਾ। ਸਤਿਗੁਰ ਸਰਾਪ ਇਹ ਬਣਵਾਇਓ ਸਬੱਬ, ਪਰ ਇਹ ਅਸਲ 'ਚ ਗੁਰੂ ਕਲਗੀਧਰ ਦਾ ਉਹ ਸਰਾਪ ਪੂਰਾ ਹੋਣ ਦਾ ਬਹਾਨਾ ਬਣ ਰਿਹਾ ਸੀ। ਗੁਰੂ ਸਾਹਿਬ ਦਾ ਇਹ ਸਰਾਪ ਸੀ ਕਿ ਖਾਲਸਾ ਸਰਹੰਦ ਦੀਆਂ ਨੀਹਾਂ ਪੁੱਟ ਦੇਵੇਗਾ। ਹੁਣ ਨੀਹਾਂ ਕਿਵੇਂ ਪੁੱਟੀਆਂ ਗਈਆਂ ਸੁਣੋ, ਉੱਦਾਂ ਤਾਂ ਭਾਵੇਂ ਨਾ ਪੁੱਟਦੇ, ਨੀਹਾਂ ਕਈ ਲੁਟੇਰਿਆਂ ਨੇ ਹੀ ਪੁੱਟ ਛੱਡੀਆਂ। ਕਿਉਂ? ਉਹਨਾਂ ਨੇ ਲਾਲਚ ਕੀਤਾ ਵੀ ਨੀਹਾਂ ਦੇ ਥੱਲੇ ਮਾਲ ਹੈ, ਉਹ ਨੀਹਾਂ 'ਚ ਉਹਨਾਂ ਨੇ ਡੂੰਘੀਆਂ ਪੁੱਟੀਆਂ। ਮਹਾਰਾਜ ਦਾ ਵਚਨ ਪੂਰਾ ਹੋਣਾ ਸੀ, ਸਬੱਬ ਬਣਨਾ ਸੀ। ਉਹ ਕਿਤੇ ਉਹਨਾਂ ਨੇ ਸੁਣ ਲਿਆ ਲੁਟੇਰਿਆਂ ਨੇ ਵੀ ਸਰਹੰਦ ਵਾਸੀਆਂ ਨੇ ਆਪਣਾ ਮਾਲ ਜਿਹੜਾ ਹੈ ਉਹ ਨੀਹਾਂ ਦੇ ਥੱਲੇ ਦੱਬਿਆ ਹੋਇਆ ਹੈ। ਦਰਬ ਡੂੰਘੀ ਲੱਖ ਡੂੰਘੀ ਪਟਵਾਈ, ਥੱਲੇ ਡੂੰਘਾ ਪੈਸਾ ਪਿਆ ਹੋਵੇਗਾ, ਜਿੱਥੇ ਪਿਆ ਉਹ ਤਾਂ ਪੁੱਟਿਆ, ਜਿਹੜੇ ਨਹੀਂ ਵੀ ਪਿਆ ਸ਼ੱਕ ਦੇ ਨਾਲ ਵੀ ਇਹਦੇ ਥੱਲੇ ਵੀ ਹੋਵੇਗਾ, ਇਹਦੇ ਥੱਲੇ ਵੀ ਹੋਵੇਗਾ, ਇਹਦੇ ਥੱਲੇ ਵੀ ਹੋਵੇਗਾ। ਲੱਗੇ ਰਹੇ ਲੋਕ ਪੱਟਣ, ਪੱਟ 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 ਕੇ ਸਰਹੰਦ ਸ਼ਹਿਰ ਦੇ ਮਕਾਨਾਂ ਦੀਆਂ ਨੀਹਾਂ ਸਾਫ਼ ਸਾਫ਼ ਕਰਤੀਆਂ। ਹੁਣ ਫਤਿਹਗੜ੍ਹ ਸਾਹਿਬ ਤੁਸੀਂ ਗੁਰਦੁਆਰਾ ਦੇਖੋ, ਹੁਣ ਤਾਂ ਚਲੋ 10 ਕੁ ਸਾਲ ਤੋਂ ਥੋੜ੍ਹੀ ਜਿਹੀ ਆਬਾਦੀ ਆਲੇ ਦੁਆਲੇ ਕੋਈ ਯੂਨੀਵਰਸਿਟੀ ਬਣ ਗਈ ਹੈ, ਕੋਈ ਕਾਲਜ ਬਣ ਗਏ, ਕੋਈ ਮਾੜਾ ਮੋਟਾ 1% 2% ਥੋੜ੍ਹੀ ਜਿਹੀ ਰੌਣਕ ਹੋ ਗਈ ਹੈ। ਅੱਜ ਤੋਂ 30 ਕੁ ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਵੀ ਅਸੀਂ ਦੇਖਦੇ ਸੀ ਫਤਿਹਗੜ੍ਹ ਸਾਹਿਬ ਮਾਤਾ ਦੇ ਬੁਰਜ 'ਤੇ ਚੜ੍ਹ ਕੇ ਆਲੇ ਦੁਆਲੇ ਖੇਤ ਹੀ ਖੇਤ ਹੁੰਦੇ ਸਨ। ਅਤੇ ਸਰਹੰਦ ਸ਼ਹਿਰ ਜਦੋਂ ਵੱਸਦਾ ਸੀ 300 ਸਾਲ ਪਹਿਲਾਂ, ਉਹਨਾਂ ਖੇਤਾਂ ਵਾਲੀ ਥਾਵਾਂ 'ਤੇ ਕਿਲੇ ਹੁੰਦੇ ਸਨ, ਬਿਲਡਿੰਗਾਂ ਹੁੰਦੀਆਂ ਸਨ, ਬਹੁਤ ਆਲੀਸ਼ਾਨ ਬੰਗਲੇ ਹੁੰਦੇ ਸਨ ਮੁਗਲਾਂ ਦੇ। ਕਿਤੇ ਐਡੇ ਵੱਡੇ ਬੰਗਲੇ, ਐਡੇ ਵੱਡੇ ਸ਼ਹਿਰ ਦਾ ਪਸਾਰਾ, ਅਤੇ ਕਿਤੇ ਖੇਤ ਬਣ ਜਾਣ, ਹੈਰਾਨ ਹੋਈ ਦਾ ਵੀ ਕਿੱਦਾਂ ਹੋ ਗਿਆ। ਉਹ ਕਲਗੀਧਰ ਪਾਤਸ਼ਾਹ ਦੇ ਬਚਨ ਸਨ ਕਿ ਇਸ ਸ਼ਹਿਰ ਦੀਆਂ ਨੀਹਾਂ ਪੁੱਟੀਆਂ ਜਾਣਗੀਆਂ, ਇੱਟਾਂ ਚੁੱਕ ਕੇ ਦਰਿਆਵਾਂ 'ਚ ਪਾ ਦਿੱਤੀਆਂ ਜਾਣਗੀਆਂ। ਬਹਾਨਾ ਬਣ ਗਿਆ, ਲੁਟੇਰਿਆਂ ਨੂੰ ਸ਼ੱਕ ਪੈ ਗਿਆ ਵੀ ਥੱਲੇ ਮਾਲ ਹੈ ਨੀਹਾਂ ਦੇ, ਪੱਟ ਦਿਓ ਮਾਲ ਕੱਢਣ ਵਾਸਤੇ। ਭਾਵੇਂ ਉੱਦਾਂ ਇੰਨਾ ਜ਼ੋਰ ਲਾਉਂਦੇ ਕਿ ਨਾ ਲਾਉਂਦੇ, ਪਰ ਲਾਲਚ ਬੁਰੀ ਬਲਾ ਹੈ। ਲੋਕਾਂ ਨੇ ਆਪ ਹੀ ਪੱਟ ਪੁੱਟ ਕੇ ਥੱਲਿਓਂ ਖਾਲੀ ਕਰ ਛੱਡੀਆਂ ਨੀਹਾਂ। ਹਾਂਜੀ, ਇਮ ਕਰ ਸ਼ਹਿਰ ਸਭ ਮੁੱਢੋਂ ਖਟਾਈ, ਇਹ ਤਾਂ ਸ਼ਹਿਰ ਸਰਹੰਦ ਮੁੱਢੋਂ ਪੱਟਿਆ ਗਿਆ, ਖਤਮ ਹੋ ਗਿਆ, ਨਾਮੋ ਨਿਸ਼ਾਨ ਨੇਸ ਤੋਂ ਨਾਬੂਦ ਹੋ ਗਿਆ। ਸਤਿਗੁਰ ਕਹੀ ਥੀ ਪ੍ਰਿਥਵੀ ਪਲਟਾਵਨ, ਮਹਾਰਾਜ ਨੇ ਤਾਂ ਕਿਹਾ ਸੀ ਪ੍ਰਿਥਵੀ ਪਲਟ ਜਾਏਗੀ, ਭਾਵ ਧਰਤੀ ਥੱਲੇ ਉੱਪਰ ਆ ਜਾਏਗੀ, ਉਹ ਗੱਲ ਹੋ ਗਈ। ਸਤਿਗੁਰ ਬਚਨ ਨਾ ਖਾਲੀ ਜਾਵਨ, ਬਚਨ ਖਾਲੀ ਨਹੀਂ ਹੈ। ਪ੍ਰਿਥਵੀ ਪਲਟਣ ਦਾ ਹੀ ਹੁੰਦਾ ਨਾ ਵੀ ਜਿਹੜੀਆਂ ਉੱਪਰ ਬਿਲਡਿੰਗਾਂ ਉਹ ਜ਼ਮੀਨ 'ਚ ਗਰਕ ਖਤਮ ਹੋ ਗਈਆਂ, ਅਤੇ ਜਿਹੜੀ ਜ਼ਮੀਨ ਸੀ ਉੱਪਰ ਆ ਗਈ, ਜਿਹੜੀ ਜ਼ਮੀਨ ਉਹਨਾਂ ਬਿਲਡਿੰਗਾਂ ਦੇ ਥੱਲੇ ਦੱਬੀ ਸੀ ਉੱਪਰ ਆ ਗਈ, ਉੱਥੇ ਹਲ ਵਗਣ ਲੱਗ ਪਏ, ਹਲ ਵਗ ਕੇ ਖੇਤੀ ਹੋਣ ਲੱਗ ਪਈ, ਹੁਣ ਉੱਥੇ ਫਸਲਾਂ ਆਉਂਦੀਆਂ। ਹਾਂਜੀ, ਸਤਿਗੁਰ ਕਰੇ ਥੇ ਤੱਤੇ ਵਾਕ, ਮਹਾਰਾਜ ਨੇ ਤੱਤੇ ਵਾਕ ਕੀਤੇ ਸਨ, ਵੀਰ ਰਸ ਵਿੱਚ ਆ ਕੇ ਗੁੱਸੇ 'ਚ ਆ ਕੇ ਕਿਹਾ ਸੀ ਸਰਹੰਦ ਉੱਜੜ ਜਾਏਗੀ। ਹਾਂਜੀ, ਗਏ ਸਾੜ ਵਾਹ ਪਾਣੀ ਲਾਕ, ਉਹ ਤੱਤੇ ਵਾਕਾਂ ਨੇ ਪਾਣੀ ਵੀ ਸਾੜ ਦਿੱਤਾ, ਭਾਵ ਇੰਨਾ ਉਹ ਮਹਾਰਾਜ ਦਾ ਬਚਨ ਵੀਰ ਰਸ ਵਿੱਚ ਹੋਇਆ ਸੀ
कि सरहंद दा नामो निशान खत्म हो गया, कलगीधर पातशाह दी रसना तो निकले बोल पूरे हो गए। सतगुर बचन सो तिखी तलवार, सतगुरां दे बचन तिखी तलवार दी तरह हन, कौन उन्हां दी चाल चल सकदा है। वह नह छोड़ा जो लुके पताल, भावें कोई पताल विच जा के लुक जावे गुरां दे बचन पिछा नहीं छड्दे। हां जी, बार तीजी भयो शहर लुटाई, तीजी बार शहर खालसे ने लुटिया। पहला बंदे बहादुर दे समय लुटिया, फिर 1757 विच ते फिर हुण लुटिया है। सरदारन हाथ बड दौलत आई, जैन खां नूं मार के सरहंद लुट के सिंह सरदार माला माल हो गए। बहुत माया खालसे दे हाथ लगी है। दोहरा राय सिंह खत्री हुतो मुल्क उगराहन दार, एक सरहंद दा राय सिंह खत्री सी जेड़ा मामला उगराया करता सी, टैक्स कठा करया करता सी। जाटपुरा के उन टिगा एक लीनी गड़ी सुवार, जाटपुरे दे लागे उन एक गड़ी बनाई हुई सी, किला बनाया होया सी। चाओ पई वड़े लोक ले बड माल, बहुत सारे लोग अपना माल मत्ता लैके उस गड़ी च लुक गए सन। उसको सुनियो सरदारन हवाल, हुण उसकी गल जस्सा सिंह आलूवालिए वर्गे सरदारा नूं पता लगी। वड्डो किलो गयो लुटियो सारो, वड्डा किला तां सिंघां ने लुट के ढा दिता सारा। तबे सरदारन यो जी धारो, सिंघां सरदारां दे मन विच ख्याल आया। दोहरा सरदारन माल तकाए कै गड़ी लई अटकाई, सिंघां सरदारां ने ओ गड़ी नूं भी घेरा पा लिया। इसकी जपती हम करें पाछे लिहो बटाई, कहन लगे पहला एदा माल जपत करिए फिर एदे नाल गल करांगे। बुड्ढो सिंह भाई हुतो चंबो वालो जाओ जोए, बुड्ढा सिंह भाई का सी जेड़ा चंबो वाल वाला। फतेह सिंह को पोतर निबाब बंदा कियो थोए, जो फतेह सिंह ता पोतरा सीगा, जो फतेह सिंह ने सूबे नूं मारिया सी ना सरहंद दे नूं वजीर खां नूं, ते इस करके बंदे बहादुर ने फतेह सिंह नूं इत्थों दा सूबेदार बनाया सीगा। आली सिंह, माली सिंह, फतेह सिंह, बाज सिंह, ये सारे मुखी सरदार उस वेले बंदे बहादुर दे नाल सन। उन्हां विच्चों साध संगत जी जिहड़ा फतेह सिंह सी उहदा पोतरा बुढ़ा सिंह, ये जदों दोबारा सिंघां ने सरहंद फतेह कीती तां उह भी उत्थे आया होया सी। जाओ पई हुतो मलवईयन मैं हुछियार, मलवईयां विच्चों सीगा क्योंकि ये जिहड़े सन ये मलवई सन फतेह सिंह दे परिवार वाले, ये बड़ा हुशियार सीगा। ਹਾਂਜੀ, ਲਇਓ ਕਿਲਾ ਉਨ ਟਕੇ ਚੁਕਾਰ, ਉਹਨੇ ਸਿੰਘਾਂ ਨੂੰ ਟਕੇ ਦੇਣੇ ਕਰਕੇ ਉਹ ਕਿਲਾ ਲੈ ਲਿਆ। 80,000 ਕਰਿਓ ਸਭਨ ਸੁਣਾਏ, ਸਿੰਘਾਂ ਨੂੰ ਕਹਿਣ ਲੱਗਾ 80,000 ਮੈਂ ਤੁਹਾਨੂੰ ਦਿਆਂਗਾ, ਬਾਕੀ ਜੋ ਕੁਛ ਮੇਰਾ ਹੋਵੇਗਾ। 25,000 ਕੀ ਉਹ ਗੁਪਤ ਨਜ਼ਰ ਆਏ, 25 ਗੁਪਤ ਖਾਲਸੇ ਨੂੰ ਅਰਦਾਸੇ ਕਰਾ ਦਿੱਤਾ। ਦੋਹਰਾ ਬੁੱਢਾ ਸਿੰਘ ਸੋ ਜਪਤਿਓ ਕਰ ਕਰ ਬਹੁਤ ਕਲੇਸ਼, ਬੁੱਢਾ ਸਿੰਘ ਨੇ ਜੰਗ ਯੁੱਧ ਕਰਕੇ ਉਹ ਹਵੇਲੀ ਜਪਤ ਕਰ ਲਈ। ਕਾਢੀ ਨਾਰ ਨੰਗਿਆਏ ਉਹਨ ਕੁਛਕ ਨਾ ਕੀਓ ਅੰਦੇਸ਼, ਉਹਨੇ ਉੱਥੋਂ ਜਿਹੜੀਆਂ ਇਸਤਰੀਆਂ ਸਨ ਉਹ ਬਾਹਰ ਕੱਢ ਦਿੱਤੀਆਂ ਤੇ ਸਾਰੇ ਕੜੀ ਤੇ ਕਬਜ਼ਾ ਕਰ ਲਿਆ। ਚਾਓ ਪਈ ਤਹਾਂ ਸਰਾਪ ਬੱਡ ਨਾਰਨ ਦਇਓ, ਤਾਂ ਉਸ ਵੇਲੇ ਉਹਨਾਂ ਮਾਈਆਂ ਨੇ ਸਰਾਪ ਦੇ ਦਿੱਤਾ। ਸੋ ਬੁੱਢਾ ਸਿੰਘ ਉੱਪਰ ਪਇਓ, ਬੁੱਢਾ ਸਿੰਘ ਤੇ ਪੈ ਗਿਆ। ਧਰਮ ਖੋਇਓ ਔ ਰਹਿਓ ਨਾ ਧਨ, ਧਨ ਵੀ ਗਿਆ ਤੇ ਧਰਮ ਵੀ ਗਿਆ। ਉਸ ਦਿਨ ਤੇ ਉਸ ਆਇਓ ਘਟਨ, ਉਹਦਾ ਫਿਰ ਦਿਨੋ ਦਿਨ ਪ੍ਰਤਾਪ ਘਟਣ ਲੱਗਾ। ਵਹੀ ਕਿਲੋ ਪਸਿੰਧ ਸਿੰਘਨ ਕੀਓ, ਸੋ ਉਹ ਕਿਲਾ ਫਿਰ ਸਿੰਘਾਂ ਦੇ ਕੋਲ ਆ ਗਿਆ। ਸ਼ਹਿਰ ਸਰਾਪ ਤੇ ਇੱਕ ਵੱਲ ਥੀਓ, ਉਹ ਗੜੀ ਨੂੰ ਬਚਾਉਣਾ ਚਾਹੁੰਦਾ ਸੀ ਵੀ ਗੜੀ ਮੈਂ ਕਬਜ਼ਾ ਕਰਕੇ ਇੱਥੇ ਰਵਾਂਗਾ, ਪਰ ਖਾਲਸਾ ਜੀ ਗੁਰੂ ਸਾਹਿਬ ਦਾ ਸਰਾਪ ਸੀ ਵੀ ਗੜੀ ਰਹਿਣੀ ਕੋਈ ਨਹੀਂ ਇੱਥੇ, ਨਾ ਕੋਈ ਗੜੀ, ਨਾ ਕੋਈ ਕਿਲਾ, ਨਾ ਕੋਈ ਇੱਥੇ ਕੋਠੀ, ਨਾ ਬੰਗਲਾ, ਸਭ ਖਤਮ ਹੋ ਜਾਣੇ। ਉਹ ਵੀ ਸਮਾਂ ਪਾ ਕੇ ਸਭ ਖਤਮ ਹੋ ਗਏ। ਹੁਤੋ ਸਿਰਹੰਦੋ ਨਾਮ ਨਿਆਰਾ, ਸਿਰਹੰਦੋ ਦਾ ਨਾਮ ਵੱਖਰਾ ਹੋਇਆ। ਸ੍ਰੀ ਮੁਖ ਹੂੰ ਤੇ ਜੱਟਪੁਰੋ ਉਚਾਰਾ, ਜਿਹਦਾ ਨਾਮ ਜੱਟਪੁਰਾ ਸੀਗਾ, ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਵੀ ਉੱਥੇ ਜੱਟਪੁਰਾ ਹੀ ਲਿਖਿਆ ਸੀ।
दोहरा लीने टके निबड़ाए जब दियो ठानो सिंगन पाए। उदे सिंगा दा ठाना पा के बुढ़ा सिंह बह गया। फिर बुढ़ा सिंह जोड़ हाथ लीनो साल चुकाए। उन्हें साल दे पैसे खालसे नू देने कर ले ते सरहंद दा कब्जा ले लिया। चाओ पई तो फिर गड़ी बुढ़ा सिंह लई। ए गड़ी बुढ़ा सिंह ने ले ली सरहंद दे विच प्रबंध करन वास्ते। हुते मद पिंड जे बागन तई। जेड़े आले दुआले बाग सन सरहंद दे। और गिरद लयो खालसे रोक। बाकी इलाका खालसे ने रोक लिया। सिखन वयो दुख दुष्ट लोक। सो खालसा जी उस वेले दुष्टा नू सोध के सरहंद दे विच फतेहगढ़ साहब गुरुद्वारा बनाया। फिर सरहंद दे उत्ते महाराजा पटियाला दा प्रबंध भी रहा। कई रंग आए कई गए तो हौले हौले सिंघां ने ये सारे इलाके फतेह किए सन। पंथ प्रकाश की एक कथा साध संगत जी आप सरवण कर रहे हो। ऐतवार शाम तक दास ने हाजरी भरनी है। इस तरह अगे फिर जिमें परमेश्वर का हुक्म होवेगा नदी नाम संजोगी मेले होंदे है। सो आप जी हाजरियां भर के गुरु साहिब जी दे खालसे दा इतिहास सरवण करो। जीवन सफला बनाओ। हे गोबिंद हे गोपाल हे दयाल लाल।